सत श्री अकाल जी, आप सब जी का स्वागत है थोड़े अपने यूट्यूब चैनल पॉजिटिव आई पंजाब दे उत्ते। अज थोड़े सामने हाजिर हुए हैं जी लैके पंजाब जीके दी नेक्स्ट पार्ट। अपना हुण स्टार्ट हो रही है राजे मॉडर्न हिस्ट्री, ठीक है जी। वर्तमान इतिहास शुरू करन लगे हैं आपां पंजाब दा। ते मैं हुण तक देखदा आया वी बहुत सारियां किताबां आईयां मार्केट दे विच जिहड़ियां पॉइंट टू पॉइंट गल करदियां ने, पर मैं तुहानूं हमेशा एक टीचर होने के नाते मेरा फर्ज बनता भी थोड़ा सही गाइड करना टाइम टू टाइम। देखो जिहड़ियां किताबां होंदियां आपां नूं बहुत चंगियां लगदियां जिहड़ियां शॉर्टकट दसदियां, बट जिवें कहावत है एक कहिंदे भी जिहड़ी कामयाबी हुंदी ना उहदा कोई भी शॉर्टकट नहीं हुंदा गा, क्योंकि कामयाबी हमेशा कदों मिलती है जदों बंदा पूरी मेहनत करता है, ठीक है, दिन रात एक कर दिंदा है। ते अजकल तुहानूं पता कंपीटिशन बहुत हैगा, ते जिहड़ियां ये चीज़ां हैगियां किताबां राजे उदों चंगियां लगदियां जदों आपां रिविजन करनी होवे। ਤਾਂ ਜਦੋਂ ਵੀ ਕੋਈ ਚੀਜ਼ ਪੜ੍ਹਨੀ ਹੈ ਪਹਿਲਾਂ ਉਹਨੂੰ ਬਹੁਤ ਡਿਟੇਲ 'ਚ ਪੜ੍ਹਨਾ ਪਊਗਾ। ਜੇ ਤੁਸੀਂ ਉਹਨੂੰ ਕਹਾਣੀ ਵਾਂਗੂ ਪੜ੍ਹੋਗੇ, ਇਤਿਹਾਸ ਨੂੰ ਜਾਣਨ ਦੀ ਕੋਸ਼ਿਸ਼ ਕਰੋਗੇ ਤਾਂ ਤੁਹਾਡੇ ਯਾਦ ਰਹੂਗਾ ਐਗਜ਼ਾਮ ਦੇ ਵਿੱਚ ਜਾ ਕੇ। ਬਾਕੀ ਰੱਟੇ ਮਾਰੀ ਜਾਓਗੇ ਤਾਂ ਦੇਖੋ ਰੱਟੇ ਕਿੰਨੇ ਕੁ ਮਾਰ ਲਓਗੇ, 10 ਪੇਜਾਂ ਨੂੰ ਮਾਰ ਲਓਗੇ, 50 ਨੂੰ ਮਾਰ ਲਓਗੇ, ਇਸ ਤੋਂ ਵੱਧ ਕਪੈਸਿਟੀ ਨਹੀਂ ਹੈਗੀ ਇਨਸਾਨ ਦੀ ਰੱਟੇ ਮਾਰਨ ਦੀ। ਤਾਂ ਪਲੀਜ਼ ਇਸ ਚੀਜ਼ ਨੂੰ ਚਾਹੇ ਵੀਡੀਓ ਨੂੰ ਬਸ 2-3 ਵਾਰੀ ਰਿਪੀਟ ਕਰ ਲਿਓ, ਠੀਕ ਹੈ। ਤੁਹਾਡਾ ਕੀ ਹੈ, ਮੈਂ ਕਹਿੰਦਾ ਵੀ ਇਸ ਤੋਂ ਬਾਅਦ ਤੁਹਾਨੂੰ ਕਿਤੇ ਵੀ ਬੁੱਕ ਪੜ੍ਹਨ ਦੀ ਜ਼ਰੂਰਤ ਨਹੀਂ ਪਊਗੀ, ਕਿਉਂਕਿ ਜਿਹੜੀ ਚੀਜ਼ ਮੈਂ ਅੱਜ ਕਰਾਉਣ ਜਾ ਰਿਹਾ ਰਾਜੇ ਬਹੁਤ ਇੰਪੋਰਟੈਂਟ ਹੈ, ਤੇ ਇਹਨੂੰ ਬਣਾਉਣ ਵਿੱਚ ਘੱਟੋ ਘੱਟ ਮੇਰੇ 2-3 ਦਿਨ ਲੱਗੇ ਆ। ਤਾਂ ਦੇਖੋ ਸਿੰਗਲ ਵੀਡੀਓ ਤੁਹਾਨੂੰ ਦੇਖਣ ਨੂੰ ਐ ਲੱਗੂਗਾ ਵੀ ਅੱਧੇ ਘੰਟੇ ਦੀ ਵੀਡੀਓ ਹੈ, ਪੌਣੇ ਘੰਟੇ ਦੀ ਵੀਡੀਓ ਹੈ, ਲੇਕਿਨ ਉਹਦੇ ਪਿੱਛੇ ਜਿਹੜੀ ਮਿਹਨਤ ਹੁੰਦੀ ਹੈ ਰਾਜੇ ਬਹੁਤ ਹੁੰਦੀ ਹੈ। ਬਸ ਇਹ ਬਿਲਕੁਲ ਫ੍ਰੀ ਆਫ ਕਾਸਟ ਹੈ ਤੁਹਾਡੇ ਵਾਸਤੇ, ਠੀਕ ਹੈ। ਤੇ ਬਸ ਕਰਨਾ ਕਿ ਤੁਸੀਂ ਰਾਜੇ ਵੀਡੀਓ ਨੂੰ ਲਾਈਕ ਕਰ ਦਿਓ ਜੇ ਤੁਹਾਨੂੰ ਚੰਗੀ ਲੱਗੂਗੀ, ਅਦਰਵਾਈਜ਼ ਡਿਸਲਾਈਕ ਦਾ ਬਟਨ ਵੀ ਹੈਗਾ, ਜੇ ਨਹੀਂ ਚੰਗੀ ਲੱਗਦੀ ਤੁਸੀਂ ਡਿਸਲਾਈਕ ਵੀ ਕਰ ਸਕਦੇ ਹੋ। ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਬੱਚੇ ਨਵੇਂ ਨੇ, ਤੇ ਨਾਲ ਹੀ ਕਰ ਦਿਓ ਸ਼ੇਅਰ, ਕਿਉਂਕਿ ਕਰ ਭਲਾ ਹੋ ਭਲਾ। ਤਾਂ ਕਰਦੇ ਹਾਂ ਜੀ ਆਪਾਂ ਸਟਾਰਟ ਪੰਜਾਬ ਦਾ ਵਰਤਮਾਨ ਇਤਿਹਾਸ। ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਰਾਜੇ ਲਾਸਟ ਟਾਈਮ ਤੁਹਾਨੂੰ ਮੈਂ ਪੜ੍ਹਾਇਆ ਸੀਗਾ ਕਿ ਜਿਹੜੇ ਮਹਾਰਾਜਾ ਦਲੀਪ ਸਿੰਘ ਜੀ ਸੀਗੇ, ਉਹਨਾਂ ਨੂੰ ਕੀ ਅੰਗਰੇਜ਼ ਕੀ ਕਰਦੇ ਨੇ, ਈਸਾਈ ਮਤ ਵੱਲ ਲੈ ਜਾਂਦੇ ਆ। ਕਹਿਣ ਦਾ ਮਤਲਬ ਉਹਨਾਂ ਤੇ ਪ੍ਰਭਾਵ ਪੈ ਜਾਂਦਾ ਈਸਾਈ ਮਤ ਦਾ, ਉਹ ਆਪਣੇ ਕੇਸ ਕਤਲ ਕਰਾ ਦਿੰਦੇ ਆ, ਤੇ ਮਹਾਰਾਣੀ ਜਿੰਦ ਕੌਰ ਕੀ ਕਰਦੇ ਨੇ, ਜੇਲ੍ਹ 'ਚ ਹੁੰਦੇ ਨੇ, ਜੇਲ੍ਹ ਤੋਂ ਨਿਕਲ ਕੇ ਉਹ ਨੇਪਾਲ ਪਹੁੰਚ ਜਾਂਦੇ ਆ। ਕਹਿਣ ਦਾ ਮਤਲਬ ਕਿ ਸਿੱਖ ਰਾਜ ਲਗਭਗ ਕੀ ਹੋ ਜਾਂਦਾ, ਖਤਮ ਹੋ ਜਾਂਦਾ। ਇਸ ਤੋਂ ਬਾਅਦ ਕੀ ਹੋ ਜਾਂਦਾ, ਅੰਗਰੇਜ਼ਾਂ ਦਾ ਰਾਜ ਆ ਜਾਂਦਾ ਪੰਜਾਬ ਦੇ ਵਿੱਚ। ਤੇ ਇਹ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਰਾਜੇ, ਜਿਵੇਂ ਹੁਣ ਲੇਟੈਸਟ ਪੇਪਰ ਹੋਇਆ ਸੀ ਕਲੈਰੀਕਲ ਦਾ ਆਪਣਾ ਪੀਟਰ ਪਲੱਸ ਬੋਰਡ ਦਾ, ਉਹ 'ਚ ਪੁੱਛਿਆ ਗਿਆ ਸੀਗਾ ਕਿ ਜਿਹੜਾ ਪੰਜਾਬ ਨੂੰ ਜਿਹੜਾ ਹੈਗਾ ਬਰਤਾਨਵੀ ਸਮਰਾਜ ਜਾਂ ਆਪਾਂ ਕਹਿ ਦਿੰਦੇ ਈਸਟ ਇੰਡੀਆ ਕੰਪਨੀ ਦੇ ਵਿੱਚ ਕਦੋਂ ਮਿਲਾਇਆ ਗਿਆ। ਤਾਂ ਰਾਜੇ ਯਾਦ ਰੱਖ ਲਿਓ 1849 ਈਸਵੀ ਨੂੰ ਮਿਲਾਇਆ ਗਿਆ ਸੀਗਾ, ਠੀਕ ਹੈ। ਤਾਂ ਇਹ ਯਾਦ ਰੱਖਣੀਆਂ ਤੁਸੀਂ, ਦੇਖੋ ਇਹ ਤਾਂ ਸਿੰਪਲ ਜੀਆਂ ਗੱਲਾਂ ਹੁੰਦੀਆਂ, ਇਹ ਆਪਾਂ ਨੂੰ ਪਤਾ ਵੀ ਹੈ, ਪੁੱਛ ਵੀ ਲੈਂਦੇ ਆ, ਲੇਕਿਨ ਆਪਾਂ ਯਾਦ ਵੀ ਰੱਖਣੀਆਂ ਨੇ। ਪਰ ਜਿਹੜੀ ਅੱਜ ਮੇਨ ਚੀਜ਼ ਆਪਾਂ ਪੜ੍ਹਨੀ ਹੈ ਰਾਜੇ, ਜਿਹੜੀਆਂ ਕਾਫੀ ਸਾਰੀਆਂ ਜਿਹੜੀਆਂ ਸਮਾਜ ਸੁਧਾਰਕ ਲਹਿਰਾਂ ਕਹਿ ਦਿੰਦੇ ਆਪਾਂ, ਉਹ ਹੋਂਦ 'ਚ ਆਈਆਂ ਸੀਗੀਆਂ, ਉਹਨਾਂ ਨੇ ਕਿਹੜੇ ਕਿਹੜੇ ਕੰਮ ਕੀਤੇ ਰਾਜੇ, ਇਹ ਸਾਰਾ ਕੁਝ ਆਪਾਂ ਪੜਾਂਗੇ ਅੱਜ ਬਹੁਤ ਵਧੀਆ ਢੰਗ ਦੇ ਨਾਲ। ਤਾਂ ਆਪਾਂ ਕਰਦੇ ਹਾਂ ਜੀ ਸਟਾਰਟ। ਸਟਾਰਟ ਕਰਨ ਤੋਂ ਪਹਿਲਾਂ ਦੇਖੋ ਜੀ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰ ਦਿਓ। ਹੁਣ ਗੱਲ ਇਹ ਹੈ ਕਿ ਜਿਵੇਂ ਤੁਹਾਨੂੰ ਮੈਂ ਦੱਸਿਆ ਇੱਥੇ 1849 ਇੱਕ ਵਾਰੀ ਨਾ ਕੁਐਸਚਨ ਥੋੜਾ ਜਿਹਾ ਡਿਟੇਲ 'ਚ ਆ ਗਿਆ ਸੀਗਾ, ਤੇ ਇਹਦੇ ਨਾਲ ਹੀ ਯਾਦ ਰੱਖ ਲਿਓ ਰਾਜੇ 29 ਮਾਰਚ ਯਾਦ ਰੱਖ ਲਿਓ, ਠੀਕ ਹੈ। 29 ਮਾਰਚ 1849 ਜ਼ਰੂਰ ਯਾਦ ਰੱਖ ਲਿਓ। ਕਈ ਵਾਰੀ ਦੇਖੋ ਐਗਜ਼ਾਮੀਨਰ ਵੀ ਸਮਾਰਟ ਬਣਦਾ, ਉਹ ਕੀ ਕਰਦਾ, 1849 ਤਾਂ ਸਾਰਿਆਂ ਨੂੰ ਪਤਾ, ਲੇਕਿਨ ਅੱਗੇ ਫਰਦਰ ਮੰਥ ਕਿਹੜਾ, ਡੇਟ ਕਿਹੜੀ ਹੈ, ਇਹ ਆਪਾਂ ਨੂੰ ਨਹੀਂ ਪਤਾ ਲੱਗਦਾਗਾ, ਠੀਕ ਹੈ। ਤਾਂ ਇਹ ਯਾਦ ਰੱਖ ਲਿਓ। ਤੇ ਜਦੋਂ 29 ਮਾਰਚ 1849 ਈਸਵੀ ਨੂੰ ਜਦੋਂ ਮਿਲਾਇਆ ਗਿਆ ਰਾਜੇ ਨੂੰ, ਜਿਹੜਾ ਨਾਮ ਦਿੱਤਾ ਗਿਆ ਪੰਜਾਬ ਨੂੰ, ਉਦੋਂ ਕਹਿੰਦੇ ਸੀਗੇ ਪੰਜਾਬ ਪ੍ਰਾਂਤ। ਕਈ ਵਾਰੀ ਇਹ ਵੀ ਪੁੱਛ ਲੈਂਦੇ ਆ ਕਿ ਉਦੋਂ ਪੰਜਾਬ ਦਾ ਨਾਮ ਕੀ ਸੀਗਾ ਰਾਜੇ, ਪੰਜਾਬ ਪ੍ਰਾਂਤ ਸੀਗਾ। ਤੇ ਨਾਲ ਇਹ ਪੁੱਛ ਲੈਂਦੇ ਹੁੰਦੇ ਵੀ ਉਸ ਟਾਈਮ ਤੇ ਜਿਹੜੀ ਰਾਣੀ ਕਿਹੜੀ ਸੀਗੀ, ਜਿਹੜੀ ਇੰਗਲੈਂਡ ਦੀ ਰਾਣੀ ਕੌਣ ਸੀਗੀ, ਜਿਵੇਂ ਐਲਿਜ਼ਾਬੈਥ ਅੱਜ ਕੱਲ੍ਹ, ਉਦੋਂ ਉਸ ਟਾਈਮ ਕੌਣ ਸੀਗੀ, ਵਿਕਟੋਰੀਆ ਕਿਹੜੀ ਸੀਗੀ ਰਾਜੇ, ਰਾਣੀ ਵਿਕਟੋਰੀਆ। ਇਹ ਮੈਂ ਲਿਖਣਾ ਭੁੱਲ ਗਿਆ, ਪਲੀਜ਼ ਇਹ ਲਿਖ ਲਿਓ, ਨੋਟ ਕਰ ਲਿਓ, ਚਾਹੇ ਤੁਸੀਂ ਆਪਣੀ ਕਾਪੀ ਤੇ ਨੋਟ ਕਰ ਲਿਓ, ਜੇ ਨੋਟ ਕਰਦੇ ਹੋ ਅਦਰਵਾਈਜ਼ ਇੱਥੇ ਨੋਟ ਕਰ ਲਿਓ। ਤਾਂ ਰਾਣੀ ਵਿਕਟੋਰੀਆ ਸੀਗੀ। ਤਾਂ ਚਲੋ ਜੀ ਆਪਾਂ ਕਰਦੇ ਹਾਂ ਸਟਾਰਟ ਰਾਜੇ। ਇਸ ਤੋਂ ਬਾਅਦ ਤੁਹਾਨੂੰ ਮੈਂ ਇੱਕ ਦੋ ਗੱਲਾਂ ਹੋਰ ਦੱਸੂਗਾ, ਪਹਿਲਾਂ ਆਪਾਂ ਸਟਾਰਟ ਕਰਦੇ ਹਾਂ। ਕਹਿੰਦਾ ਮਾਰਚ 1849 ਈਸਵੀ ਨੂੰ ਦੇਖੋ ਜਿਹੜੇ ਗਵਰਨਰ ਜਨਰਲ ਸੀਗਾ, ਠੀਕ ਆ, ਉਹਨੇ ਐਲਾਨ ਕੀਤਾ ਤੇ ਭਾਰਤ ਨੂੰ ਕੀ ਕੀਤਾ, ਆਪਣਾ ਈਸਟ ਇੰਡੀਆ ਕੰਪਨੀ 'ਚ ਮਿਲਾ ਲਿਆ। ਤਾਂ ਕੌਣ ਸੀਗਾ, ਲਾਰਡ ਡਲਹੌਜ਼ੀ ਸੀਗਾ। ਤੁਹਾਨੂੰ ਮੈਂ ਲਾਸਟ ਟਾਈਮ ਦੱਸਿਆ ਸੀ ਜਿਹੜਾ ਲਾਰਡ ਡਲਹੌਜ਼ੀ ਰਾਜੇ ਕਾਫੀ ਕ੍ਰੂਰਲ ਸੀਗਾ, ਮਤਲਬ ਕਿ ਕਾਫੀ ਜ਼ਾਲਮ ਬੰਦਾ ਸੀਗਾ, ਤੇ ਉਹ ਬਹੁਤ ਧੱਕਾ ਕਰਦਾ ਆਇਆ, ਮਤਲਬ ਕਿ ਇੰਡੀਆ ਦੇ ਵਿੱਚ ਉਹਨੇ, ਇਹ ਤੁਹਾਨੂੰ ਪਤਾ ਹੀ ਆ, ਡਾਕਟਰਨ ਆਫ ਲੈਪਸ ਵੀ ਉਹਨੇ ਕੀ ਕੀਤੀ ਸੀ, ਇੰਟਰੋਡਿਊਸ ਕੀਤੀ ਸੀਗੀ। ਚਲੋ ਉਹਦੇ ਬਾਰੇ ਆਪਾਂ ਜਾਣਕਾਰੀ ਬਾਅਦ 'ਚ ਗੱਲ ਕਰਾਂਗੇ। ਤਾਂ ਕਹਿਣ ਦਾ ਮਤਲਬ ਕਿ ਇੱਕ ਸਿੱਧੇ ਸਿੱਧੇ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਜਿਹੜਾ ਪੰਜਾਬ ਹੈਗਾ ਰਾਜੇ, ਉਹ ਗੁਲਾਮ ਹੋ ਗਿਆ ਕਿਹਨਾਂ ਦਾ, ਅੰਗਰੇਜ਼ਾਂ ਦਾ 1849 ਦੇ ਵਿੱਚ 29 ਮਾਰਚ ਨੂੰ, ਤੇ ਪੰਜਾਬ ਪ੍ਰਾਂਤ ਦਾ ਨਾਂ ਰੱਖਿਆ ਗਿਆ। ਤੇ ਇਸ ਤੋਂ ਪਹਿਲਾਂ ਇੱਥੇ ਰਾਜ ਕਿਹਦਾ ਸੀਗਾ ਰਾਜੇ, ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਸੀਗਾ। ਤਾਂ ਦੇਖੋ ਹੁਣ ਜਿਹੜਾ ਸਿਸਟਮ ਹੈਗਾ ਸਾਰਾ ਚੇਂਜ ਕਰਨਾ ਪਊਗਾ, ਕਿਉਂਕਿ ਨਵੀਂ ਮਤਲਬ ਕਿ ਇੱਕ ਸਰਕਾਰ ਆ ਗਈ ਉੱਥੇ। ਦੇਖੋ ਆਪਣੇ ਢੰਗ ਨਾਲ ਕੀ ਕਰੂਗੀ ਉਹਨੂੰ, ਠੀਕ ਹੈ, ਮੋਡੀਫਾਈ ਕਰੂਗੀ। ਤਾਂ ਆਪਾਂ ਦੇਖਦੇ ਹਾਂ ਕਿਹੜੀ ਕਿਹੜੀ ਮੋਡੀਫਿਕੇਸ਼ਨ ਹੁੰਦੀ ਹੈ। ਤਾਂ ਚਲੋ ਨੈਕਸਟ ਕਹਿੰਦਾ ਜੀ, ਜਦੋਂ ਮੋਡੀਫਿਕੇਸ਼ਨ ਕਰਦੇ ਰਾਜੇ, ਉੱਥੇ ਇੱਕ ਬੋਰਡ ਆਫ ਐਡਮਿਨਿਸਟ੍ਰੇਸ਼ਨ ਬਣਾਇਆ ਜਾਂਦਾ, ਜਿਹਨੂੰ ਕਹਿ ਦਿੰਦੇ ਆ ਪ੍ਰਸ਼ਾਸਕੀ ਢਾਂਚਾ ਕਹਿ ਦਿੰਦੇ ਆਪਾਂ, ਠੀਕ ਹੈ। ਬੋਰਡ ਆਫ ਐਡਮਿਨਿਸਟ੍ਰੇਸ਼ਨ ਤੋਂ ਬਹੁਤ ਕੁਐਸਚਨ ਆਉਂਦੇ ਰਾਜੇ, ਇਹਨੂੰ ਕਹਿ ਦਿੰਦੇ ਆ ਸ਼ਾਰਟ ਫਾਰਮ ਦੇ ਵਿੱਚ BOA ਕਹਿ ਦਿੰਦੇ ਆ, ਬੋਰਡ ਆਫ ਐਡਮਿਨਿਸਟ੍ਰੇਸ਼ਨ। ਇਹਦੇ ਵਿੱਚ ਜਿਹੜਾ ਪਹਿਲਾ ਪ੍ਰੈਜ਼ੀਡੈਂਟ ਲਗਾਇਆ ਗਿਆ, ਜਾਂ ਪ੍ਰਧਾਨ ਲਗਾਇਆ ਗਿਆ ਰਾਜੇ, ਕਿਹਨੂੰ ਲਗਾਇਆ ਗਿਆ, ਹੈਨਰੀ ਲਾਰੈਂਸ ਨੂੰ ਲਗਾਇਆ ਗਿਆ।
ਹੈਨਰੀ ਲਾਰੈਂਸ ਨੂੰ ਤਾਂ ਲਗਾਇਆ ਗਿਆ ਕਿਉਂਕਿ ਜਿਹੜਾ ਹੈਨਰੀ ਲਾਰੈਂਸ ਸੀਗਾ ਇਹ ਬਹੁਤ ਘੈਂਟ ਬੰਦਾ ਸੀਗਾ। ਇਹ ਐਂ ਕਹਿ ਸਕਦੇ ਹਾਂ ਕਿ ਮਤਲਬ ਕਿ ਇਹ ਧੱਕਾ ਕਰਨ ਵਾਲਾ ਬੰਦਾ ਨਹੀਂ ਸੀਗਾ, ਇਹ ਹਮੇਸ਼ਾ ਚਾਹੁੰਦਾ ਸੀਗਾ ਕਿ ਸਰਬਸੰਮਤੀ ਨਾਲ ਹਰੇਕ ਕੰਮ ਹੋਵੇ ਉਹ ਚੰਗਾ ਹੈ। ਤੇ ਬਟ ਇਹਨੂੰ ਇਹ ਲਾਰਡ ਡਲਹੌਜ਼ੀ ਨੂੰ ਪਸੰਦ ਨਹੀਂ ਕਰਦਾ ਸੀ। ਕਿਉਂ ਪਸੰਦ ਨਹੀਂ ਕਰਦਾ ਸੀ? ਕਿਉਂਕਿ ਇਹ ਲਾਰਡ ਡਲਹੌਜ਼ੀ ਦਾ ਧੱਕੇ ਨਾਲ ਕਬਜ਼ਾ ਕਰਨਾ ਪੰਜਾਬ ਦੇ ਉੱਪਰ ਇਹਨੂੰ ਪਸੰਦ ਨਹੀਂ ਸੀਗਾ। ਹਾਲਾਂਕਿ ਇਹ ਮਤਲਬ ਕਿ ਇਤਿਹਾਸ ਦੇ ਵਿੱਚ ਜ਼ਿਕਰ ਆਉਂਦਾ, ਆਪਣੇ ਪੇਪਰ ਵਾਸਤੇ ਇੰਪੋਰਟੈਂਟ ਨਹੀਂ ਹੈਗਾ, ਥੋੜੀ ਜਾਣਕਾਰੀ ਵਾਸਤੇ ਦੱਸ ਦਿੰਦਾ। ਹਾਲਾਂਕਿ ਇਹਨੇ ਜਦੋਂ ਪ੍ਰੈਜ਼ੀਡੈਂਟ ਬਣਨ ਤੋਂ ਬਾਅਦ ਆਪਣਾ ਅਸਤੀਫਾ ਦਿੱਤਾ ਸੀ, ਲੇਕਿਨ ਫਿਰ ਕੀ ਕੀਤਾ ਉਹਨੇ ਡਲਹੌਜ਼ੀ ਨੇ, ਇੱਕ ਤਾਂ ਦੋਸਤ ਸੀਗਾ ਇੰਗਲੈਂਡ ਦੇ ਵਿੱਚ, ਉਹਦੇ ਥਰੂ ਕੀ ਕੀਤਾ, ਇਹਦਾ ਅਸਤੀਫਾ ਵਾਪਸ ਕਰਵਾਇਆ ਤੇ ਇਹਨੂੰ ਕਿਹਾ ਭਾਈ ਤੂੰ ਆਪਣੀ ਪੋਸਟ ਤੇ ਬਣਿਆ ਰਹਿ। ਤਾਂ ਕਹਿਣ ਦਾ ਮਤਲਬ ਲਾਰਡ ਡਲਹੌਜ਼ੀ ਤੇ ਹੈਨਰੀ ਲਾਰੈਂਸ ਦੇ ਜਿਹੜੇ ਸਬੰਧ ਸੀਗੇ ਉਹ ਇੰਨੇ ਚੰਗੇ ਨਹੀਂ ਸੀਗੇ, ਤਾਂ ਹੀ ਅੱਗੇ ਜਾ ਕੇ ਦੇਖੋ ਜਿਹੜਾ ਇਹਦਾ ਭਰਾ ਹੈ ਹੈਨਰੀ ਲਾਰੈਂਸ ਦਾ ਉਹ ਕੀ ਬਣ ਜੂਗਾ ਅੱਗੇ ਜਾ ਕੇ ਪ੍ਰੈਜ਼ੀਡੈਂਟ ਬਣੂਗਾ। ਤਾਂ ਗੱਲ ਕਰਦੇ ਹਾਂ ਜੀ, ਇਹ ਯਾਦ ਰੱਖਣਾ ਇਹ ਕੁਐਸਚਨ ਇੰਨੀ ਵਾਰੀ ਆਉਂਦਾ ਪੇਪਰ ਦੇ ਵਿੱਚ ਕਿ ਜਦੋਂ ਬੋਰਡ ਆਫ ਐਡਮਿਨਿਸਟ੍ਰੇਸ਼ਨ ਬਣਿਆ ਤਾਂ ਉਹਦਾ ਪ੍ਰਧਾਨ ਕੌਣ ਬਣਿਆ ਜੀ? ਹੈਨਰੀ ਲਾਰੈਂਸ ਬਣਿਆ, ਤੇ ਉਸ ਟਾਈਮ ਤੇ ਗਵਰਨਰ ਜਨਰਲ ਕੌਣ ਸੀਗਾ? ਲਾਰਡ ਡਲਹੌਜ਼ੀ ਸੀਗਾ। ਠੀਕ ਹੈ ਜੀ, ਤਾਂ ਨੈਕਸਟ ਗੱਲ ਕਰਦੇ ਹਾਂ, ਇਕੱਲਾ ਪ੍ਰੈਜ਼ੀਡੈਂਟ ਨਹੀਂ ਬਣਿਆ, ਇਹਦੇ ਨਾਲ ਦੋ ਮੈਂਬਰ ਹੋਰ ਸੀਗੇ ਰਾਜੇ, ਉਹ ਮੈਂਬਰ ਕੌਣ ਸੀਗੇ? ਇੱਕ ਤਾਂ ਹੈਨਰੀ ਲਾਰੈਂਸ ਦਾ ਭਰਾ ਹੀ ਸੀਗਾ ਜੌਨ ਲਾਰੈਂਸ, ਤੇ ਇੱਕ ਸੀਗਾ ਜੀ ਚਾਰਲਸ ਗ੍ਰੇਵਲ। ਠੀਕ ਹੈ, ਚਾਰਲਸ ਗ੍ਰੇਵਲ ਸੀਗਾ ਨਾਲ ਇਹਨਾਂ ਦੇ। ਠੀਕ ਹੈ, ਇਹ ਕੀ ਬਣਿਆ ਇਹਨਾਂ ਦਾ ਮਤਲਬ ਕਿ ਨਾਲ ਮੈਂਬਰ ਬਣਿਆ। ਠੀਕ ਹੈ, ਇਹ ਦੋਨੇ ਯਾਦ ਰੱਖਣੇ ਨੇ, ਇਹ ਦੋਨੇ ਭਰਾ ਸੀਗੇ। ਠੀਕ ਹੈ, ਹੈਨਰੀ ਲਾਰੈਂਸ ਤੇ ਜੌਨ ਲਾਰੈਂਸ, ਤੇ ਨਾਲ ਕੌਣ ਸੀਗਾ? ਚਾਰਲਸ ਗ੍ਰੇਵਲ ਸੀਗਾ। ਠੀਕ ਹੈ ਜੀ, ਤਾਂ ਯਾਦ ਰੱਖ ਲਿਓ। ਅੱਗੇ ਆਪਾਂ ਗੱਲ ਕਰਦੇ ਹਾਂ ਜੀ, ਇਸ ਤੋਂ ਬਾਅਦ ਦੇਖੋ ਜਦੋਂ ਇਹਨਾਂ ਨੇ ਇਹ ਚੀਜ਼ ਇੰਟਰੋਡਿਊਸ ਕੀਤੀ ਹੈ, ਓਬਵੀਅਸ ਹੈ ਢਾਂਚੇ ਨੂੰ ਬਦਲਣਗੇ। ਇਹਨਾਂ ਨੇ ਕੀ ਕੀਤਾ, ਉੱਥੇ ਆਰਮਡ ਫੋਰਸ ਰੱਖੀ ਹੈ, ਹਥਿਆਰਬੰਦ ਫੌਜ ਰੱਖੀ ਹੈ, ਜਿਹੜੇ ਸੈਨਿਕ ਸੀਗੇ ਘੋੜਿਆਂ ਵਾਲੇ ਉਹਨਾਂ ਨੂੰ ਮੁੜ ਸੰਗਠਿਤ ਕੀਤਾ। ਇਹਨਾਂ ਵਿੱਚ ਇਤਿਹਾਸ ਜ਼ਿਕਰ ਆਉਂਦਾ ਵੀ ਇਹਨਾਂ ਨੇ ਬਹੁਤ ਸਾਰੇ ਜਿਹੜੇ ਸਿੱਖ ਫੌਜ ਸੀਗੀ, ਮੇਨ ਦੇਖੋ ਇਹਨਾਂ ਦਾ ਮਕਸਦ ਕੀ ਸੀਗਾ, ਸਿੱਖ ਫੌਜ ਨੂੰ ਤੋੜਨਾ ਸੀਗਾ। ਤਾਂ ਇਹ ਸਿੱਖ ਫੌਜ ਨੂੰ ਤੋੜਨਾ ਚਾਹੁੰਦੇ ਸੀ, ਪਰ ਇਹਨਾਂ ਵਾਸਤੇ ਇੱਕ ਬਹੁਤ ਵੱਡਾ ਚੈਲੰਜ ਸੀਗਾ ਹਨਾ, ਕਿਉਂਕਿ ਜੇ ਇੱਕੋਦਮ ਤੋੜਦੇ ਤਾਂ ਵਿਦਰੋਹ ਹੋ ਸਕਦਾ ਸੀਗਾ, ਇਹਨਾਂ ਨੂੰ ਡਰ ਸੀਗਾ ਵੀ ਦੁਬਾਰਾ ਕਿਤੇ ਨਾ ਇਕੱਠੇ ਹੋ ਜਾਣ ਇਹ। ਠੀਕ ਹੈ, ਸਿੱਖਾਂ ਤੋਂ ਬਹੁਤ ਡਰਦੇ ਸੀਗੇ, ਤਾਂ ਇਹਨਾਂ ਨੇ ਕਿਸੇ ਤਰੀਕੇ ਨਾਲ ਇਹਨਾਂ ਨੂੰ ਤੋੜਨਾ ਸੀ। ਇਹਨਾਂ ਨੇ ਕੀ ਕੀਤਾ, ਉਹਨਾਂ ਦੀਆਂ ਪੈਂਡਿੰਗ ਜਿਹੜੀਆਂ ਸੈਲਰੀਜ਼ ਹੈਗੀਆਂ ਸਾਰੀਆਂ ਦਿੱਤੀਆਂ, ਤੇ ਬਾਅਦ ਵਿੱਚ ਹੌਲੀ ਹੌਲੀ ਉਹਨਾਂ ਨੂੰ ਕੀ ਕਰਤਾ, ਫੌਜ ਦੇ ਵਿੱਚੋਂ ਕੱਢਤਾ। ਚਲੋ ਇਹ ਤੇ ਇੱਕ ਲੰਮੀ ਚੌੜੀ ਕਹਾਣੀ ਹੈ, ਤੁਹਾਨੂੰ ਫੇਰ ਕਦੇ ਸੁਣਾਵਾਂਗੇ, ਫਿਲਹਾਲ ਆਪਣੇ ਐਗਜ਼ਾਮ ਵਾਸਤੇ ਇੰਪੋਰਟੈਂਟ ਨਹੀਂ ਹੈਗਾ, ਵੀਡੀਓ ਲੰਬੀ ਹੋ ਜਾਂਦੀ ਹੈ। ਤਾਂ ਕਹਿਣ ਦਾ ਮਤਲਬ ਇਹਨਾਂ ਨੇ ਆਰਮਡ ਫੋਰਸ ਰੱਖੀ ਹੈ ਠੀਕ ਹੈ, ਉਸ ਤੋਂ ਬਾਅਦ ਘੋੜਾ ਸੈਨਿਕ ਜਿਹੜੀ ਹੈਗੀ ਉਹਨਾਂ ਨੂੰ ਮੁੜ ਸੰਗਠਿਤ ਕੀਤਾ, ਅਦਲਾ ਬਦਲੀ ਕੀਤੀ, ਮੋਡੀਫਿਕੇਸ਼ਨ ਕੀਤੀ, ਤੇ ਇਹ ਸਭ ਕੁਝ ਕੰਮ ਕੀਤਾ ਇਹਨਾਂ ਨੇ। ਠੀਕ ਹੈ ਜੀ, ਇਹ ਆਪਾਂ ਨੂੰ ਨਹੀਂ ਪੁੱਛਿਆ ਜਾਊਗਾ। ਤਾਂ ਨੈਕਸਟ ਗੱਲ ਕਰਦੇ ਹਾਂ ਆਪਾਂ, ਇਹਦੇ ਵਿੱਚ ਇਹਨਾਂ ਨੇ ਫਿਰ ਇਸ ਤੋਂ ਬਾਅਦ ਦੀਵਾਨ ਅਤੇ ਫੌਜਦਾਰੀ ਜਿਹੜੀਆਂ ਅਦਾਲਤਾਂ ਸੀਗੀਆਂ ਰਾਜੇ, ਉਹ ਵੀ ਸਥਾਪਿਤ ਕੀਤੀਆਂ ਠੀਕ ਹੈ, ਮੁਕੱਦਮੇ ਚਲਾਉਣ ਵਾਸਤੇ। ਤਾਂ ਚਲੋ ਇਹ ਸਾਰੇ ਕੰਮ ਇਹਨਾਂ ਨੇ ਕੀਤੇ। ਤਾਂ ਨੈਕਸਟ ਚੱਲਦੇ ਹਾਂ ਜੀ ਆਪਾਂ। ਨੈਕਸਟ ਇਹਨਾਂ ਨੇ ਕੀਤਾ ਕੀ ਰਾਜੇ, ਇਸ ਤੋਂ ਬਾਅਦ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਜਿਹੜਾ ਜੌਨ ਲਾਰੈਂਸ ਹੈ ਠੀਕ ਹੈ, ਉਹਦਾ ਭਰਾ ਹੈ ਹੈਨਰੀ ਲਾਰੈਂਸ ਦਾ, ਤੇ ਹੈਨਰੀ ਲਾਰੈਂਸ ਦੇ ਸੰਬੰਧ ਚੰਗੇ ਨਹੀਂ ਸੀਗੇ ਡਲਹੌਜ਼ੀ ਨਾਲ, ਤਾਂ ਕਰਕੇ ਇਹਨਾਂ ਨੇ ਕੀ ਕੀਤਾ ਜੀ 1853 ਈਸਵੀ ਨੂੰ ਕੀ ਕੀਤਾ, ਜਿਹੜਾ ਬੋਰਡ ਆਫ ਐਡਮਿਨਿਸਟ੍ਰੇਸ਼ਨ ਸੀਗਾ ਜਿਹਨੂੰ ਪ੍ਰਸ਼ਾਸਕੀ ਬੋਰਡ ਭੰਗ ਬੋਰਡ ਕਹਿੰਦੇ ਆ ਆਪਾਂ, ਉਹਨੂੰ ਤੋੜ ਦਿੰਦੇ ਆ, ਭੰਗ ਕਰ ਦਿੰਦੇ ਆ, ਮਤਲਬ ਖਤਮ ਕਰ ਦਿੰਦੇ ਆ, ਤੇ ਇਹਦੀ ਥਾਂ ਤੇ ਇੱਕ ਨਵਾਂ ਬੰਦਾ ਲੈ ਕੇ ਆਉਂਦੇ ਆ, ਉਹਦਾ ਭਰਾ ਜੌਨ ਲਾਰੈਂਸ। ਜੌਨ ਲਾਰੈਂਸ ਉਹਦਾ ਫੇਵਰਟ ਹੁੰਦਾ ਹੈ ਲਾਰਡ ਡਲਹੌਜ਼ੀ ਦਾ, ਤੇ ਇਹਨੂੰ ਜੌਨ ਲਾਰੈਂਸ ਨੂੰ ਕੀ ਬਣਾ ਦਿੰਦੇ ਆ? ਪਹਿਲਾ ਚੀਫ ਕਮਿਸ਼ਨਰ ਬਣਾ ਦਿੰਦੇ ਆ। ਇਹ ਮੋਸਟ ਇੰਪੋਰਟੈਂਟ ਪੁਆਇੰਟ ਹੈ ਤੁਹਾਡੇ ਐਗਜ਼ਾਮ ਵਾਸਤੇ, ਮੈਂ ਤਾਂ ਹੀ ਰੈੱਡ ਦੇ ਵਿੱਚ ਲਿਖਿਆ ਹੋਇਆ ਕਿ ਪਹਿਲਾ ਚੀਫ ਕਮਿਸ਼ਨਰ ਕਿਹਨੂੰ ਨਿਯੁਕਤ ਕੀਤਾ ਜਾਂਦਾ ਰਾਜੇ? ਤਾਂ ਜੌਨ ਲਾਰੈਂਸ ਨੂੰ ਕੀਤਾ ਜਾਂਦਾ। ਉੱਥੇ ਆਪਸ਼ਨ ਦੇ ਵਿੱਚ ਹੈਨਰੀ ਵੀ ਪਿਆ ਹੁੰਦਾ, ਤਾਂ ਹੈਨਰੀ ਧਿਆਨ ਰੱਖਣਾ ਪ੍ਰੈਜ਼ੀਡੈਂਟ ਬਣਿਆ ਸੀਗਾ ਬੋਰਡ ਆਫ ਐਡਮਿਨਿਸਟ੍ਰੇਸ਼ਨ ਦਾ, ਤੇ ਚੀਫ ਕਮਿਸ਼ਨਰ ਕੌਣ ਬਣਿਆ? ਜੌਨ ਲਾਰੈਂਸ। ਠੀਕ ਹੈ ਜੀ, ਅੱਗੇ ਗੱਲ ਕਰਦੇ ਹਾਂ, ਪਰ ਜਲਦੀ ਜਿਹੜਾ ਜੌਨ ਲਾਰੈਂਸ ਹੈਗਾ ਰਾਜੇ, ਉਹਨੂੰ ਵੀ ਬਦਲ ਦਿੰਦੇ ਆ, ਤਾਂ ਨਵਾਂ ਬੰਦਾ ਲੈ ਕੇ ਆਉਂਦੇ ਆ, ਰਾਬਰਟ ਮੌਂਟਗੋਮਰੀ। ਠੀਕ ਹੈ, ਰਾਬਰਟ ਮੌਂਟਗੋਮਰੀ ਨੂੰ ਕੀ ਆ, ਨਵਾਂ ਬਣਾ ਦਿੰਦੇ ਆ ਠੀਕ ਹੈ ਚੀਫ ਕਮਿਸ਼ਨਰ। ਇਸ ਤੋਂ ਬਾਅਦ ਮਤਲਬ ਕਿ ਜੌਨ ਲਾਰੈਂਸ ਤੋਂ ਬਾਅਦ ਤੁਸੀਂ ਤਿੰਨ ਯਾਦ ਰੱਖਣੇ ਨੇ, ਪਹਿਲਾ ਯਾਦ ਕਰ ਲਿਆ, ਪਹਿਲਾ ਹੈਗਾ ਜੀ ਜੌਨ ਲਾਰੈਂਸ, ਸੈਕੰਡ ਹੈਗਾ ਰਾਬਰਟ ਮੌਂਟਗੋਮਰੀ। ਠੀਕ ਹੈ, ਇਸ ਤੋਂ ਬਾਅਦ ਕੀ ਹੁੰਦਾ ਜੀ, ਇਸ ਤੋਂ ਬਾਅਦ ਫਿਰ ਇਹ ਜਿਹੜਾ ਰਾਬਰਟ ਹੈਗਾ ਇਹ 1859 ਤੋਂ ਲੈ ਕੇ 1865 ਦੇ ਵਿੱਚ ਕੀ ਰਹਿੰਦਾ, ਲੈਫਟੀਨੈਂਟ ਰਹਿੰਦਾ, ਗਵਰਨਰ ਰਹਿੰਦਾ ਆਪਣੇ ਇਹਦੇ ਵਿੱਚ ਪੰਜਾਬ ਦੇ ਵਿੱਚ। ਇਸ ਤੋਂ ਬਾਅਦ ਇੱਕ ਬੰਦਾ ਹੋਰ ਆਉਂਦਾ ਜਿਹਦਾ ਇਤਿਹਾਸ ਜ਼ਿਕਰ ਆਉਂਦਾ ਰਾਜੇ, ਡੋਨਾਲਡ ਫਰੀਲ ਮੈਕਲਿਓਡ। ਠੀਕ ਹੈ, ਇਹ ਥਰਡ ਮਤਲਬ ਕਿ ਤਿੰਨ ਇਹ ਥਰਡ ਪੋਜੀਸ਼ਨ ਦੇ ਵਿੱਚ ਕੀ ਇਹ ਅਗਲਾ ਬਣਦਾ, ਠੀਕ ਹੈ, ਤਾਂ ਇਹ ਅਗਲਾ ਚੀਫ ਕਮਿਸ਼ਨਰ ਬਣਦਾ ਰਾਜੇ। ਕਹਿੰਦਾ ਜੀ ਇਹ ਇੱਕ ਐਂਗਲੋ ਇੰਡੀਅਨ ਸਿਵਲ ਸਰਵੈਂਟ ਸੀਗਾ ਜਿਹਨੇ 1865 ਤੋਂ 70 ਦੇ ਵਿਚਕਾਰ ਪੰਜਾਬ ਦੇ ਲੈਫਟੀਨੈਂਟ ਗਵਰਨਰ ਵਜੋਂ ਕੀ ਕੀਤੀ, ਸੇਵਾ ਨਿਭਾਈ। ਠੀਕ ਹੈ ਜੀ, ਲੈਫਟੀਨੈਂਟ ਗਵਰਨਰ ਚੀਫ ਕਮਿਸ਼ਨਰ ਨੂੰ ਹੀ ਕਹਿੰਦੇ ਆ, ਪੋਸਟ ਉਸ ਟਾਈਮ ਕ੍ਰੀਏਟ ਹੋਈ ਸੀਗੀ। ਤਾਂ ਤਿੰਨੇ ਯਾਦ ਰੱਖ ਲੈਣੇ ਰਾਜੇ, ਤੁਹਾਡੇ ਜਿਹੜੇ ਐਗਜ਼ਾਮ ਹੈ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਕਾਫੀ ਇੰਪੋਰਟੈਂਟ ਬਣ ਜਾਂਦੇ ਆ, ਪਹਿਲਾ ਜੌਨ ਲਾਰੈਂਸ, ਸੈਕੰਡ ਰਾਬਰਟ ਮੌਂਟਗੋਮਰੀ, ਤੇ ਆਪਣਾ ਜਿਹੜਾ ਡੋਨਾਲਡ ਫਰੀਲ ਮੈਕਲਿਓਡ। ਠੀਕ ਹੈ, ਇਹ ਤਿੰਨੇ ਯਾਦ ਰੱਖਣੇ ਨੇ ਤੁਹਾਡੇ ਵਾਸਤੇ, ਇੰਪੋਰਟੈਂਟ ਹੈ। ਤਾਂ ਨੈਕਸਟ ਚੱਲਦੇ ਹਾਂ ਜੀ, ਦੇਖੋ ਤੁਹਾਨੂੰ ਮੈਂ ਦੱਸਤਾ ਪੰਜਾਬ ਗੁਲਾਮ ਹੋ ਗਿਆ, ਬੋਰਡ ਆਫ ਐਡਮਿਨਿਸਟ੍ਰੇਸ਼ਨ ਲੈ ਕੇ ਆਏ, ਨਵਾਂ ਨਵਾਂ ਢਾਂਚਾ ਲੈ ਕੇ ਆਏ ਆ, ਉਹਦੇ ਵਿੱਚ ਪ੍ਰਧਾਨ ਬਣਾਇਆ ਹੈਨਰੀ ਲਾਰੈਂਸ ਨੂੰ, ਉਹਨੂੰ ਭੰਗ ਕਰ ਦਿੰਦੇ। ਕਦੋਂ ਭੰਗ ਕਰਦੇ ਰਾਜੇ?
ਕਿਉਂਕਿ ਇਹਨਾਂ ਨੂੰ ਹੁੰਦਾ ਪੰਜਾਬ ਦੇ ਵਿੱਚ ਬਗਾਵਤ ਹੋ ਸਕਦੀ ਹੈ, ਸਿਰਫ ਕਿ ਦਿੱਲੀ ਦੇ ਪੰਜਾਬ ਦੇ ਵਿੱਚ ਕੀ ਕਰਦੇ ਆ, ਇੱਕ ਵੱਖਰਾ ਵੱਖਰਾ ਹਿੱਸਾ ਕਰ ਦਿੰਦੇ ਆ, ਰਾਜ ਬਣਾ ਦਿੰਦੇ ਆ, ਤੇ ਇੱਕ ਵੱਖਰਾ ਵੱਖਰਾ ਕੀ ਦੇ ਦਿੰਦੇ ਆ, ਲੈਫਟੀਨੈਂਟ ਦੇ ਦਿੰਦੇ ਆ। ਜਿਵੇਂ ਤੁਹਾਨੂੰ ਪਤਾ ਅੱਜ ਕੱਲ ਵੀ ਚੰਡੀਗੜ੍ਹ ਇੱਕ ਯੂਟੀ ਹੈ, ਦਿੱਲੀ ਇੱਕ ਯੂਟੀ ਹੈ, ਜਿਹੜੀ ਯੂਟੀ ਹੁੰਦੀ ਉਹਦੇ ਵਿੱਚ ਲੈਫਟੀਨੈਂਟ ਗਵਰਨਰ ਲਾਇਆ ਜਾਂਦਾ ਹੈ ਨਾ, ਅੱਜ ਤੱਕ ਉਹੀ ਢਾਂਚਾ ਚੱਲਦਾ ਆ ਰਿਹਾ ਆਪਣੇ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ। ਤਾਂ ਕਹਿੰਦਾ ਜੀ ਇਹਨਾਂ ਦੇ ਵਿੱਚ ਜਿਹੜੇ ਖੇਤਰ ਸ਼ਾਮਲ ਕੀਤੇ ਜਾਂਦੇ ਆ ਰਾਜੇ, ਇਹਦੇ ਵਿੱਚ ਜਿਹੜੇ ਅੰਡਰ ਇਹਨਾਂ ਦੇ ਜਿਹੜੇ ਅਧਿਕਾਰੀ ਦੇ ਖੇਤਰ ਆਉਂਦੇ ਰਾਜੇ ਕਿਹੜੇ ਕਿਹੜੇ ਆਉਂਦੇ ਆ, ਕਹਿੰਦਾ ਜੀ ਬਿਆਸ ਦਰਿਆ ਦਾ ਜਿਹੜਾ ਪੱਛਮੀ ਦਿਸ਼ਾ ਵਿੱਚ ਪੈਂਦਾ ਪੰਜਾਬ ਸਾਰਾ, ਜਿਹੜਾ 1849 ਈਸਵੀ ਦੇ ਵਿੱਚ ਇਹਨਾਂ ਨੇ ਮਿਲਾ ਲਿਆ ਸੀਗਾ ਐਂਗਲੋ ਸਿੱਖ ਵਾਰ ਤੋਂ ਬਾਅਦ। ਇਸ ਤੋਂ ਇਲਾਵਾ ਕੀ ਹੈ ਜੀ, ਜਲੰਧਰ ਦੁਆਬਾ ਦਾ ਕਾਂਗੜਾ ਦਾ ਪਹਾੜੀ ਖੇਤਰ ਸਾਰਾ, ਠੀਕ ਹੈ ਜੀ। ਇਸ ਤੋਂ ਬਾਅਦ ਦੇਖੋ ਜਿਹੜਾ ਸਤਲੁਜ ਦਰਿਆ ਦੇ ਪੂਰਬ ਵਿੱਚ ਪੈਂਦੇ ਖੇਤਰ, ਠੀਕ ਹੈ। ਆਹ ਇੱਕ ਲੜਾਈ ਹੋਈ ਸੀ 1846 ਈਸਵੀ ਦੇ ਵਿੱਚ, ਠੀਕ ਹੈ, ਗੋਰਖਿਆਂ ਨਾਲ ਹੋਈ ਸੀ। ਚਲੋ ਇਹਦੇ ਬਾਰੇ ਆਪਾਂ ਕਹਾਣੀ ਨਹੀਂ ਛੇੜਦੇ ਹਜੇ ਫਿਲਹਾਲ, ਆਪਾਂ ਨੂੰ ਜੋ ਐਗਜ਼ਾਮ 'ਚ ਪੁੱਛਿਆ ਜਾਂਦਾ ਆਪਾਂ ਉਹੀ ਯਾਦ ਰੱਖਾਂਗੇ, ਠੀਕ ਹੈ। ਤਾਂ ਸਤਲੁਜ ਦਰਿਆ ਦੇ ਵਿੱਚ ਪੂਰਬ ਵਿੱਚ ਪੈਂਦੇ ਜਿਹੜੇ ਖੇਤਰ ਉਹ ਸਾਰੇ ਸ਼ਾਮਲ ਕਰ ਲਏ ਇਹਨਾਂ ਨੇ, ਠੀਕ ਹੈ ਜੀ। ਪੂਰਬ ਦਰਿਆ ਦੇ ਵਿੱਚ ਸਤਲੁਜ ਦਰਿਆ, ਤੁਹਾਨੂੰ ਪਤਾ ਹੀ ਹੈ, ਸਤਲੁਜ ਦਰਿਆ ਦੇ ਵਿੱਚ ਲੜਾਈ ਹੋਈ ਸੀਗੀ ਆਪਣੀ ਜਿਹੜੀਆਂ ਐਂਗਲੋ ਸਿੱਖ ਵਾਰਸ ਹੋਈਆਂ ਸੀਗੀਆਂ। ਤਾਂ ਮਹਾਰਾਜਾ ਦਲੀਪ ਸਿੰਘ ਦਾ ਜਿਹੜਾ ਸਾਰਾ ਖੇਤਰ ਸੀਗਾ, ਇਹਨਾਂ ਨੇ ਇਹ ਸਾਰੇ ਅਧਿਕਾਰਿਕ ਖੇਤਰ ਕਿਹਦੇ ਵਿੱਚ ਆਉਂਦੇ ਆ, ਮਹਾਰਾਜਾ ਦਲੀਪ ਸਿੰਘ ਦੇ ਅੰਡਰ ਆਉਂਦੇ ਆ, ਠੀਕ ਹੈ। ਇਹ ਸਾਰੇ ਇਹਨਾਂ ਨੇ ਸ਼ਾਮਲ ਕਰ ਲਏ ਆਪਸ ਵਿੱਚ, ਠੀਕ ਹੈ ਜੀ। ਤੇ ਇਸ ਤੋਂ ਇਲਾਵਾ ਜਿਹੜੇ ਜਿਹੜੇ ਖੇਤਰ ਸੀਗੇ, ਜਿਹੜੇ ਰਾਜੇ ਸੀਗੇ ਜਿਨ੍ਹਾਂ ਦੇ ਕੋਈ ਵਾਰਿਸ ਨਹੀਂ ਸੀਗੇ, ਜਿਨ੍ਹਾਂ ਦੇ ਵਾਰਿਸ ਮਰ ਗਏ ਸੀਗੇ, ਦੇਖੋ ਡਾਕਟਰ ਆਫ ਲੈਫ ਦੇ ਅਕੋਰਡਿੰਗ ਇਹਨਾਂ ਨੇ ਇਹ ਵੀ ਆਪਣੇ ਕੀ ਕਰ ਲਏ, ਆਪਣੇ ਅੰਡਰ ਕਰ ਲਏ, ਠੀਕ ਹੈ ਜੀ। ਤਾਂ ਇਸ ਤੋਂ ਇਲਾਵਾ ਕਹਿੰਦਾ ਜੀ ਸ਼ਿਮਲਾ ਦੇ ਪਹਾੜੀ ਖੇਤਰ, ਤਾਂ ਕਹਿਣ ਦਾ ਮਤਲਬ ਲਗਭਗ ਇਹਨੇ ਸਾਰਿਆਂ ਦੇ ਉੱਤੇ ਕੀ ਕਰ ਲਿਆ ਸੀ, ਅੰਗਰੇਜ਼ਾਂ ਨੇ ਕਬਜ਼ਾ ਕਰ ਲਿਆ ਸੀਗਾ। ਬਸ ਆਪਣੇ ਐਗਜ਼ਾਮ ਵਾਸਤੇ ਇੰਪੋਰਟੈਂਟ, ਤੁਹਾਨੂੰ ਮੈਂ ਦੱਸਦਾ ਕੀ ਰਹੂਗਾ, ਕਿਹੜੀਆਂ ਕਿਹੜੀਆਂ ਡੇਟਸ ਯਾਦ ਰੱਖਣੀਆਂ ਨੇ। ਤਾਂ ਇਹ ਸੀਗਾ ਜੀ ਇੱਕ ਪੰਜਾਬ ਆਫਟਰ, ਠੀਕ ਹੈ, ਐਨੈਕਸੇਸ਼ਨ ਜੋ ਕਹਿ ਸਕਦੇ ਹਾਂ ਆਪਾਂ, ਜਦੋਂ ਇਹਨਾਂ ਤੇ ਕੀ ਹੋ ਗਿਆ, ਕਬਜ਼ਾ ਹੋ ਗਿਆ ਪੰਜਾਬ ਦੇ ਉੱਪਰ। ਤਾਂ ਯਾਦ ਰੱਖਣ ਯੋਗ ਗੱਲਾਂ, ਇੱਕ ਹੋਰ ਗੱਲ ਯਾਦ ਰੱਖਣੀ ਹੈ ਭਾਈ, ਕਈ ਵਾਰੀ ਪੁੱਛ ਲੈਂਦੇ ਆ ਕਿ ਪਹਿਲੀ ਰੇਲਵੇ ਲਾਈਨ ਜਿਹੜੀ ਕੀ ਸੀਗੀ ਪੰਜਾਬ ਦੇ ਵਿੱਚ ਕਦੋਂ ਆਈ ਹੈ, ਤਾਂ 8 ਫਰਵਰੀ 1859 ਈਸਵੀ ਨੂੰ ਆਈ ਹੈ। ਤੇ ਆਈ ਕਿੱਥੋਂ ਤੋਂ ਕਿੱਥੋਂ ਲੈ ਕੇ ਆਇਆ, ਅੰਮ੍ਰਿਤਸਰ ਤੋਂ ਮੁਲਤਾਨ ਤੱਕ, ਇਹ ਯਾਦ ਰੱਖਣਾ। ਇਹ ਵੀ ਇੱਕ ਵਾਰੀ ਕੁਐਸਚਨ ਪੁੱਛਿਆ ਗਿਆ ਸੀ ਪੰਜਾਬ ਦੇ ਪੇਪਰਾਂ ਦੇ ਵਿੱਚ, ਪੁੱਛਿਆ ਜਾਂਦਾ ਹੁੰਦਾ ਪਹਿਲੀ ਰੇਲਵੇ ਲਾਈਨ। ਤਾਂ ਇਹ ਸੀਗਾ ਜੀ ਢਾਂਚਾ ਸਾਰਾ। ਇਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਹਾਂ ਜੀ ਅੱਗੇ ਜਿਹੜੀਆਂ ਆਪਣੀਆਂ ਹੈਗੀਆਂ ਸਮਾਜ ਸੁਧਾਰਕ ਲਹਿਰਾਂ, ਜਿਹੜੀਆਂ ਕਿ ਐਗਜ਼ਾਮ ਦੇ ਵਿੱਚ ਪੁੱਛੀਆਂ ਜਾਂਦੀਆਂ, ਉਹਦਾ ਪਹਿਲਾ ਪਾਰਟ ਆਪਾਂ ਸਟਾਰਟ ਕਰਨ ਲੱਗੇ ਹਾਂ। ਤਾਂ ਚੱਲਦੇ ਹਾਂ ਜੀ ਸਮਾਜ ਅਤੇ ਧਰਮ ਸੁਧਾਰਕ ਲਹਿਰਾਂ, ਇਹਨਾਂ ਦੀ ਭੂਮਿਕਾ ਕੀ ਹੈ ਰਾਜੇ, ਕਿਉਂ ਆਈਆਂ ਸਮਾਜ ਅਤੇ ਧਰਮ ਸੁਧਾਰਕ ਲਹਿਰਾਂ। ਤੁਹਾਨੂੰ ਪਤਾ ਵੀ ਹੁਣ ਪੰਜਾਬ ਦੇ ਵਿੱਚ ਕੀ ਹੋ ਗਿਆ ਜੀ, ਅੰਗਰੇਜ਼ਾਂ ਦਾ ਕਬਜ਼ਾ ਹੋ ਗਿਆ। ਜਿਹੜੇ ਅੰਗਰੇਜ਼ ਸੀਗੇ ਰਾਜੇ ਕ੍ਰਿਸਚਨ ਸੀਗੇ, ਤਾਂ ਇਹ ਚਾਹੁੰਦੇ ਸੀਗੇ ਵੀ ਅਸੀਂ ਵੀ ਪੰਜਾਬ ਦੇ ਵਿੱਚ ਦੁਬਾਰਾ ਬਗਾਵਤ ਨਾ ਹੋਵੇ, ਸਿੱਖਾਂ ਨੂੰ ਤੋੜਨਾ ਚਾਹੁੰਦੇ ਸੀਗੇ। ਤਾਂ ਇਹਨਾਂ ਨੇ ਕੀ ਕੀਤਾ, ਜਿਹੜਾ ਕ੍ਰਿਸਚਨ ਧਰਮ ਹੈ ਆਪਣਾ, ਹਨਾ, ਆਪਣਾ ਧਰਮ ਨੂੰ ਕੀ ਕਰਨ ਵਾਸਤੇ ਪ੍ਰਫੁੱਲਿਤ ਕਰਨ ਵਾਸਤੇ ਇਹਨਾਂ ਨੇ ਬਹੁਤ ਸਾਰੇ ਕੀ ਚਾਲਾਂ ਚੱਲੀਆਂ। ਤੇ ਇਹਨਾਂ ਨੇ ਮਤਲਬ ਜੋ ਚਾਲਾਂ ਚੱਲੀਆਂ, ਤਾਂ ਜਿਹੜਾ ਉੱਥੇ ਇੰਡੀਆ ਦੇ ਵਿੱਚ ਜਿਹੜੇ ਧਰਮ ਸੀਗੇ, ਚਾਹੇ ਉਹ ਹਿੰਦੂ ਧਰਮ ਸੀਗਾ, ਚਾਹੇ ਉਹ, ਠੀਕ ਹੈ, ਆਪਣਾ ਸਿੱਖ ਧਰਮ ਸੀਗਾ, ਇਹ ਟੁੱਟਣਾ ਸ਼ੁਰੂ ਹੋ ਗਿਆ। ਮਤਲਬ ਇਹਦੇ ਵਿੱਚ ਬਹੁਤ ਸਾਰੀਆਂ ਕਰੈਤਾਂ ਆ ਗਈਆਂ, ਠੀਕ ਹੈ, ਇੱਥੋਂ ਦੇ ਲੋਕ ਕੀ ਹੋ ਗਏ, ਮਤਲਬ ਮਿਕਸਅਪ ਹੋ ਗਏ, ਕਰੈਤਾਂ ਆ ਗਈਆਂ ਇਹਦੇ ਵਿੱਚ। ਤਾਂ ਇਸ ਕਰੈਤਾਂ ਨੂੰ ਦੂਰ ਕਰਨ ਵਾਸਤੇ ਸਮਾਜ ਅਤੇ ਧਰਮ ਸੁਧਾਰਕ ਲਹਿਰਾਂ ਆਈਆਂ ਨੇ। ਉਹ ਕਿਹੜੀਆਂ ਕਿਹੜੀਆਂ ਲਹਿਰਾਂ ਨੇ ਆਪਾਂ ਪੜ੍ਹਦੇ ਹਾਂ ਬੜੇ ਧਿਆਨ ਦੇ ਨਾਲ, ਉਹਨਾਂ ਦਾ ਆਪਣੇ ਇਤਿਹਾਸ ਦੇ ਵਿੱਚ ਵੀ ਬਹੁਤ ਮਹੱਤਵਪੂਰਨ ਯੋਗਦਾਨ ਹੈ ਤੇ ਆਪਣੇ ਇਗਜ਼ਾਮ ਵਾਸਤੇ ਵੀ ਹੈ। ਤਾਂ ਕਹਿੰਦਾ ਜੀ ਇਹਨਾਂ ਲਹਿਰਾਂ ਦਾ ਜਿਹੜਾ ਆਰੰਭ ਹੋਇਆ ਸੀ ਰਾਜੇ 1849 ਈਸਵੀ ਦੇ ਵਿੱਚ, ਕਹਿੰਦਾ ਜਦੋਂ ਪੰਜਾਬ ਦੇ ਬਰਤਾਨਵੀ ਸਮਰਾਜ ਵਿੱਚ ਮਿਲਾਉਣ ਮਗਰੋਂ ਹੋਇਆ, ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕੀਤਾ। ਇਹਨਾਂ ਵਿੱਚ ਕੁਛ ਲਹਿਰਾਂ ਬਾਹਰੋਂ ਆਈਆਂ ਤੇ ਕੁਛ ਆਪਣੇ ਪੰਜਾਬ ਦੇ ਵਿੱਚ ਹੋਈਆਂ ਨੇ। ਆਪਾਂ ਪੰਜਾਬ ਵਾਲੀਆਂ ਪੜ੍ਹਦੇ ਹਾਂ ਪਹਿਲਾਂ, ਠੀਕ ਹੈ ਜੀ। ਇਹਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਲਹਿਰ ਆਉਂਦੀ ਰਾਜੇ ਬ੍ਰਹਮੋ ਸਮਾਜ, ਇਹ ਬਹੁਤ ਇੰਪੋਰਟੈਂਟ ਆਪਣੇ ਐਗਜ਼ਾਮ ਵਾਸਤੇ, ਜਿਹਦੀ ਨੀਂਹ ਰੱਖੀ ਸੀਗੀ ਰਾਜਾ ਰਾਮ ਮੋਹਨ ਰਾਏ ਨੇ, ਠੀਕ ਹੈ। ਕੌਣ ਸੀਗੇ ਰਾਜਾ ਰਾਮ ਮੋਹਨ ਰਾਏ, ਉਹ ਮੈਂ ਅੱਗੇ ਜਾ ਕੇ ਦੱਸਦਾ ਤੁਹਾਨੂੰ। ਇਸ ਤੋਂ ਇਲਾਵਾ ਅਗਰ ਆਪਾਂ ਗੱਲ ਕਰੀਏ ਹੋਰ ਜਿਹੜੀਆਂ ਲਹਿਰਾਂ ਆਈਆਂ ਸੀ ਰਾਜੇ ਦੇ ਵਿੱਚ, ਦੇਵ ਸਮਾਜ ਲਹਿਰ ਆ ਗਈ ਸੀਗੀ, ਸਨਾਤਨ ਧਰਮ ਹੋ ਗਈ, ਵਿਹਾਬੀ ਲਹਿਰ ਹੋ ਗਈ, ਇਹ ਸਾਰੀਆਂ ਪੰਜਾਬ ਤੋਂ ਬਾਹਰੋਂ ਆਈਆਂ ਸੀਗੀਆਂ। ਤਾਂ ਠੀਕ ਹੈ ਜੀ, ਇਹ ਕਾਫੀ ਸਾਰੀਆਂ ਲਹਿਰਾਂ ਆਪਾਂ ਪੜ੍ਹਨੀਆਂ ਨੇ। ਤਾਂ ਇਸ ਤੋਂ ਇਲਾਵਾ ਜਿਹੜੀ ਸਿੰਘਾਂ ਦੀ ਸਭ ਤੋਂ ਮਹੱਤਵਪੂਰਨ ਲਹਿਰ ਸੀਗੀ ਸਿੰਘ ਸਭਾ, ਇਹ ਵੀ ਰਾਜੇ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਤੋਂ ਵੀ ਇੰਪੋਰਟੈਂਟ ਹੈ ਤੇ ਆਪਣੇ ਇਤਿਹਾਸ ਦੇ ਵਿੱਚ, ਤਾਂ ਚਲੋ ਇਹਦਾ ਇੱਕ ਮਹੱਤਵਪੂਰਨ ਯੋਗਦਾਨ ਹੈਗਾ ਹੀ ਹੈਗਾ। ਇਸ ਤੋਂ ਇਲਾਵਾ ਨਿਰੰਕਾਰੀ ਲਹਿਰ ਹੋ ਗਈ, ਨਾਮਧਾਰੀ ਲਹਿਰ ਹੋ ਗਈ, ਰਾਧਾ ਸਵਾਮੀ ਜੀ ਲਹਿਰ ਹੋ ਗਈ, ਠੀਕ ਹੈ। ਤਾਂ ਕਾਫੀ ਸਾਰੀਆਂ ਲਹਿਰਾਂ ਹੈਗੀਆਂ ਰਾਜੇ, ਇਹਨਾਂ ਨੇ ਪੰਜਾਬ ਦੇ ਵਿੱਚ ਯਤਨ ਕੀਤੇ ਸੀਗੇ। ਇਹ ਆਪਾਂ ਪੜ੍ਹਦੇ ਹਾਂ ਵੀ ਇਹਨਾਂ ਨੇ ਕਿਹੜੇ ਕਿਹੜੇ ਯਤਨ ਕੀਤੇ ਆ ਤੇ ਕਿਹਦੇ ਕਿਹਦੇ ਵਾਸਤੇ ਇਹਨਾਂ ਨੇ ਕੀ ਆ ਕੰਮ ਕੀਤੇ ਆ। ਤਾਂ ਕਰਦੇ ਹਾਂ ਜੀ ਆਪਾਂ ਸਟਾਰਟ, ਸਭ ਤੋਂ ਪਹਿਲਾਂ ਆਪਾਂ ਬ੍ਰਹਮੋ ਸਮਾਜ ਪੜ੍ਹਦੇ ਹਾਂ। ਹੁਣ ਬ੍ਰਹਮੋ ਸਮਾਜ ਦੇ ਵਿੱਚ ਕੀ ਹੈ ਰਾਜੇ, ਬ੍ਰਹਮੋ ਸਮਾਜ ਦੀ ਅਗਰ ਮੈਂ ਗੱਲ ਕਰਾਂ, ਤਾਂ ਇਹਦਾ ਇੱਕ ਪ੍ਰਾਂਤਮ ਨਾਮ ਪੁੱਛਦੇ ਹੁੰਦੇ ਆ ਵੀ ਇਹਦਾ ਪੁਰਾਣਾ ਨਾਮ ਕੀ ਸੀਗਾ ਰਾਜੇ। ਇਹਦਾ ਨਾਮ ਸੀਗਾ ਬ੍ਰਹਮੋ ਸਭਾ। ਜੇ ਇਸ ਤੋਂ ਵੀ ਪੁਰਾਣਾ ਨਾਮ ਪੁੱਛ ਲੈਣ, ਵੈਸੇ ਕਦੇ ਪੁੱਛਿਆ ਨਹੀਂ, ਉਹ ਹੈਗਾ ਆਤਮੀਏ ਸਭਾ, ਠੀਕ ਹੈ। ਕੀ ਹੈ? ਆਤਮੀਏ, ਠੀਕ ਹੈ, ਆਤਮੀਏ ਸਭਾ, ਇਹਦਾ ਪੁਰਾਣਾ ਨਾਮ ਹੈ। ਮਤਲਬ ਕਿ ਸਭ ਤੋਂ ਪੁਰਾਣਾ ਨਾਮ ਕੀ ਆ, ਜਿਵੇਂ ਲੇਟੈਸਟ ਨਾਮ ਹੈ ਬ੍ਰਹਮੋ ਸਮਾਜ, ਉਸ ਤੋਂ ਪੁਰਾਣਾ ਨਾਮ ਹੈ ਬ੍ਰਹਮੋ ਸਭਾ, ਇਸ ਤੋਂ ਪੁਰਾਣਾ ਹੈਗਾ ਜੀ ਆਤਮੀਏ ਸਭਾ। ਵੈਸੇ ਇੰਨਾ ਡਿਟੇਲ 'ਚ ਕਦੇ ਪੁੱਛਿਆ ਨਹੀਂ ਗਿਆ,
ठीक है जी। ये भी याद रखना, कई बार पूछ लेंगे है इंडियन जीके के विच कवर करांगे आपां, फिलहाल पंजाब जीके च नहीं कवर करते। राजा का जो टाइटल सीगा, राजे इन्होंने दिता सीगा अकबर टू ने दिता सीगा, ठीक है जी, तो याद रख लियो। इस तो अलावा राजा राम मोहन राय जी है राजे, इन्होंने की कहा जाता फादर ऑफ मॉडर्न इंडिया भी कहा जाता, या फिर फादर ऑफ इंडियन रेनेसेंस कहा जाता। रेनेसेंस होंगे भी मतलब कि किसी प्रणाली प्रणाली का जन्मदाता, जाए कह लो कि जी समाज सुधारक लहर है उन्होंने का जन्मदाता कहा जाता है, ठीक है। तो फादर ऑफ इंडियन मॉडर्न इंडिया याद रखना नाल दी नाल। तां गल करते हैं जी अगे आप। इस तो अलावा जिहड़े इन्हां ने होर काम किए राजा राम मोहन राय जी ने, इन्हां ने एक सती प्रथा खत्म करने के बहुत वड्डा योगदान है इन्हां दा। जिहड़ी जाति भेदभाव हो गए, सिस्टम हो गया, मूर्ति पूजा के खिलाफ सीगे, विधवा की दूसरी शादी करन, मतलब कि जो उस टाइम की हुंदा सीगा जे कोई औरत का हसबेंड मर जाता सी उहदी दूसरी शादी नहीं करते सी, उहनूं सती कर दिंदे सीगे, है ना। तो उन्होंने दोबारा शादी करने वास्ते जिहड़े महत्वपूर्ण कार्ज सीगे, इन्हां विच इन्हां दा बहुत इंपोर्टेंट रोल है राजा राम मोहन राय जी का, ठीक है। तुहानूं पता ही है सती प्रथा बाद च खत्म भी हुई है, तो खत्म करने वाले ठीक है 1828 ईस्वी के हुई सी। अच्छा मैंने एक चीज दस्यो, उस टाइम गवर्नर जनरल कौन सी जो सती प्रथा खत्म हुई है, ये भी क्वेश्चन आता होंगे तुम्हें कमेंट करना है, जो नहीं पता होगा मैं अगली वीडियो दस दूंगा, तुम्हें मैंने कमेंट करना उस टाइम से गवर्नर जनरल कौन सी जो ये खत्म की गई है सती प्रथा। तो अगे गल करते हैं जी, इन्हों की मौत होंगी है राजे, याद रखना जे राजा राम मोहन राय जी, इन्हों की 27 सितंबर 1833 ब्रिस्टल इंग्लैंड विखे इन्हों की मौत हो जाती है। जो इन्हों की मौत होंगी है राजे, इस तो बाद मतलब कि जो इन्हों का जो आह काम का चल रहा है ब्रह्मो समाज चल रहा है, यह तो चलता ही रहेगा, ये एक नवे बंद की एंट्री होंगी है, ठीक है। वो एंट्री जी होंगी है राजे, उस एक बंदा होंगे राधाकांत देव, राधाकांत देव की ये ही एंटर करता ब्रह्मो समाज के, बट ये ब्रह्मो समाज के थोड़े जे सिद्धांत इन चंगे नहीं लगते, एक वक्री सभा चला, इन कहते धर्म सभा, की कह देंगे धर्म सभा। तो कहने का मतलब कि राजा राम मोहन राय जी के खिलाफ एक काउंटर लहर चलाई जाती, काउंटर का मतलब होंगे ओपोजिट, ओपोजिट कह लो जो तो वक्री। तो लहर का नाम की धर्म सभा की शुरुआत किने की थी, राधाकांत देव ने की थी, बस नाम याद रख लो धर्म सभा, तो चलाई किने की राधाकांत देव ने चलाई थी, बस इन्ना का याद रखना एग्जाम वास्ते। तो अगे गल करते हैं जी, जो इस तो बाद एक बंद की एंट्री होर होंगी है दविंद्र नाथ टैगोर। हम दविंद्र नाथ टैगोर कौन है, रविंद्र नाथ टैगोर का पापा, ठीक है, बापू का रविंद्र नाथ टैगोर का। तो दविंद्र नाथ टैगोर ठीक है ये शामिल हो जाता जी ब्रह्मो समाज के 1842 के, ठीक है, मौत 1833 च होंगी है, 1842 शामिल हो जाता है, ठीक है। यह मतलब काफ़ी इंपोर्टेंट रोल है ये ब्रह्मो समाज के। बट इस तो पहला की किया होंगे इन्हें राजे, इस तो पहला दविंद्र नाथ टैगोर ने ना 1839 के कहता इन्हें मतलब कि ब्रह्मो समाज की जी विचारधारा हैगी अगे वधाने वास्ते एक काम किया होंगे, इन्हें एक सभा की स्थापना की होंगी, कह देंगे तत्वबोधनी सभा। यह भी पूछ लेंगे एग्जाम के भी दविंद्र नाथ टैगोर ने कि सभा बनाई सी, तो वह सभा सी तत्वबोधनी सभा, ठीक है, 1839 के शामिल तो 42 च होंगे, लेकिन इन्हें उस तो पहला काम करना स्टार्ट करता सीगा। तो इस तो अलावा इन्हें एक बुक भी छापी सी, उस बुक का नाम की है तत्वबोधनी पत्रिका, ठीक है। यह भी क्वेश्चन बहुत बारी आता है, तत्वबोधनी पत्रिका एक रसाला सीगा जिहड़ा इन्हें 16 अगस्त 1843 दविंद्र नाथ टैगोर ने चलाया सीगा, कादे वास्ते अपनी जिहड़ी सभा चलाई सी इन्हें तत्वबोधनी सभा उहदे वास्ते, ठीक है जी, उहदा एक रसाला तैयार किया, जां बुक कह लो जां रसाला कह लो, ठीक है, तत्वबोधनी पत्रिका, एक इंपोर्टेंट है थोड़े एग्जाम के वास्ते। इस तो बाद अगर आप गल करिए अगे जाके एक आदि ब्रह्मो समाज भी मतलब स्थापना होंगी है, आदि ब्रह्मो समाज की है राजे, ये दविंद्र नाथ टैगोर ही करता है, ठीक है, जिहड़ा ब्रह्मो समाज है इहदा नाम बदल के आदि ब्रह्मो समाज रख दिंदा कौन, दविंद्र नाथ टैगोर। बट ये बहुत काफ़ी खतरनाक हुंदा है, क्योंकि ये सिर्फ इहदे विच कहिंदा भी ये सिर्फ जिहड़ा समाज हैगा जिहड़ा मैं चला रहा सिर्फ हिंदुओं वास्ते है, बट उस टाइम ते तुहानूं पता भी इंडिया की जिहड़ी जनसंख्या हैगी इहदे विच मिक्स है, हिंदू भी ने सिख भी ने, ठीक है, बट ये ज़्यादातर मतलब कि इस सक्सैस नहीं हुंदा गा, क्योंकि खतरनाक हुंदा। देखो जो आपां एक वर्ग की गल करांगे तां थोड़ा जिहा प्रॉब्लम क्रिएट हुंदी है, तां याद रखना इहने किहदी स्थापना की है, आदि ब्रह्मो समाज की स्थापना की है, किने, दविंद्र नाथ टैगोर ने। बट अगे जाके की हुंदा जी, अगे जाके एक नवा बनता जी, नवा की बनता, सधारण ब्रह्मो समाज, जिहदी कौन करता जी, केशव चंद्र सेन, ये भी याद रखना। देखो सारे ब्रह्मो समाज तो उपज हुई जिहड़ियां सभा हैगियां तां मैं सारियां करवा रहा, ठीक है, थोड़ा लिखने लगेगा कि सर ने बहुत कॉम्प्लीकेट करता भी इन नाम किमें याद करांगे, बस एक बार कहानी पढ़ लोगे याद हो जाएंगे, क्योंकि ये सारे की ने कोरलेट ने ब्रह्मो समाज के नाल, तुहानू किसी बुक च इन्नी डिटेल नहीं मिलेगी, बट अपने एग्जाम से पूछी जाती है। तो सधारण ब्रह्मो समाज जिहड़ा लैके आया कौन, लैके आया केशव चंद्र सेन लैके आया राजे, ये बंदे ने की काम किया, इन्हें जो साई धर्म हैगा उसकी सख्त आलोचना की देश भर के, क्योंकि इन्हू पता है जो साई धर्म है खराब कर रहा, चाहे वह हिंदू धर्म को कर रहा, चाहे मतलब कि उसके क्रैतन लैके आ रहा, चाहे वह सिख धर्म है। तो कहिंदा जी इन्हें आलोचना की, कहिंदा देश भर के इन्हें भाषण देने का प्रचार किया, ब्रह्मो समाज का उद्देश की सीगा, जिहड़े प्राचीन हिंदू स्रोत सीगे जां वेद सीगे उहदे विच पवित्रता लैके आउणी सीगी, उहनूं मुड़ सुरजीत करना सी, कि हिंदू अपने जिहड़े राह तो भटक गए, अपने धर्म तो भटक गए, उहनूं वापस धर्म दे लीह दे उत्ते लैके आउणा सीगा, इहदा मेन काम सीगा केशव चंद्र सेन दा। है काम उही, देखो ब्रह्मो समाज का काम भी उही है,
ਆਦਿ ਬ੍ਰਹਮ ਸਮਾਜ ਦਾ ਕੰਮ ਵੀ ਉਹੀ ਆ, ਲੇਕਿਨ ਸਭ ਦੀ ਵਿਚਾਰਧਾਰਾ ਅਲੱਗ ਵੱਖਰੀ ਵੱਖਰੀ ਆ, ਬੰਦੇ ਵੱਖਰੇ ਵੱਖਰੇ ਆ, ਬਸ ਇਹ ਯਾਦ ਰੱਖਣਾ। ਠੀਕ ਹੈ ਜੀ, ਤਾਂ ਨੈਕਸਟ ਗੱਲ ਕਰਦੇ ਆ ਆਪਾਂ। ਇਸ ਤੋਂ ਬਾਅਦ ਦੇਖੋ ਇੱਕ ਹੋਰ ਆਉਂਦਾ ਜੀ, ਪ੍ਰਾਰਥਨਾ ਸਮਾਜ। ਪ੍ਰਾਰਥਨਾ ਸਮਾਜ ਜਿਹੜਾ ਹੈਗਾ ਰਾਜੇ, ਇਹ ਬੇਸਿਕਲੀ ਇਹ ਬੰਬਈ ਦੇ ਵਿੱਚ ਮਤਲਬ ਕਿ ਇੱਕ ਅੰਦੋਲਨ ਹੁੰਦਾ ਹੈ, ਉਸ ਅੰਦੋਲਨ ਦੇ ਵਿੱਚ ਹੀ ਮਤਲਬ ਕਿ ਇਸ ਅੰਦੋਲਨ ਦੀ ਉਪਜ ਹੁੰਦੀ ਹੈ, ਇਸ ਸਮਾਜ ਦੀ ਉਪਜ ਹੁੰਦੀ ਹੈ, ਤੁਹਾਨੂੰ ਕਹਿ ਦਿੰਦੇ ਪ੍ਰਾਰਥਨਾ ਸਮਾਜ। ਠੀਕ ਹੈ ਜੀ, ਤਾਂ ਪ੍ਰਾਰਥਨਾ ਸਮਾਜ ਦੀ ਜਿਹੜੀ ਸਥਾਪਨਾ ਹੈਗੀ ਰਾਜੇ, ਪੁੱਛਦੇ ਹੁੰਦੇ ਕਿਹਨੇ ਕੀਤੀ ਹੈ ਰਾਜੇ, ਉਹ ਬੰਦਾ ਸੀਗਾ ਆਤਮਾ ਰਾਮ ਪਾਂਡੂਰੰਗ। ਠੀਕ ਹੈ, ਆਤਮਾ ਰਾਮ ਪਾਂਡੂਰੰਗ ਦੁਆਰਾ 31 ਮਾਰਚ 1867 ਨੂੰ ਕੀਤੀ ਜਾਂਦੀ ਹੈ, ਇਹ ਬੰਬਈ ਦੇ ਵਿੱਚ ਕੀਤੀ ਜਾਂਦੀ ਹੈ, ਵੀ ਪੁੱਛਿਆ ਜਾਂਦਾ ਮਹਾਰਾਸ਼ਟਰ ਦੇ ਵਿੱਚ। ਠੀਕ ਹੈ ਜੀ, ਤਾਂ ਲਾਸਟ ਦੇ ਵਿੱਚ ਕੀ ਹੈ ਰਾਜੇ, ਕਹਿੰਦਾ ਜਦੋਂ ਕੇਸ਼ਵ ਚੰਦਰ ਸੇਨ ਜਿਹੜਾ ਹੈਗਾ ਇਹ ਮਹਾਰਾਸ਼ਟਰ ਦਾ ਦੌਰਾ ਕਰਨ ਗਿਆ ਸੀਗਾ, ਜਿਹਦਾ ਉਦੇਸ਼ ਕੀ ਸੀਗਾ, ਲੋਕਾਂ ਦੇ ਵਿੱਚ ਪਰਮਾਤਮਾ ਦੇ ਵਿੱਚ ਇੱਕ ਵਿਸ਼ਵਾਸ ਪੈਦਾ ਕਰਨਾ ਤੇ ਇੱਕ ਹੀ ਪਰਮਾਤਮਾ ਦੀ ਪੂਜਾ ਕਰਨੀ, ਉਸ ਦੌਰਾਨ ਹੀ ਮਤਲਬ ਕਿ ਇਹ ਜਿਹੜਾ ਬੰਦਾ ਹੈਗਾ ਉਸ ਅੰਦੋਲਨ ਦੇ ਵਿੱਚ ਆਉਂਦਾ ਆਤਮਾ ਰਾਮ ਪਾਂਡੂਰੰਗ, ਤੇ ਇਹ ਇੱਕ ਨਵਾਂ ਮਤਲਬ ਕਿ ਪ੍ਰਾਰਥਨਾ ਸਮਾਜ ਨੂੰ ਕੀ ਕਰਦਾ, ਉਪਜ ਕਰਦਾ, ਇਹਦੀ ਮਤਲਬ ਕਿ ਇਹਦੀ ਸਥਾਪਨਾ ਕਰਦਾ। ਤਾਂ ਇਹ ਸੀਗਾ ਜੀ ਤੁਹਾਡਾ ਬ੍ਰਹਮੋ ਸਮਾਜ। ਆਈ ਹੋਪ ਤੁਹਾਨੂੰ ਸਭ ਕੁਝ ਕਲੀਅਰ ਹੋ ਗਿਆ ਹੋਊਗਾ, ਬਹੁਤ ਵਧੀਆ ਢੰਗ ਨਾਲ ਤੁਹਾਨੂੰ ਮੈਂ ਕਰਵਾਇਆ। ਠੀਕ ਹੈ, ਬ੍ਰਹਮੋ ਸਮਾਜ ਹੋ ਗਿਆ, ਰਾਜਾ ਰਾਮ ਮੋਹਨ ਰਾਏ ਵੀ ਯਾਦ ਰੱਖਣਾ। ਠੀਕ ਹੈ, ਅੱਗੇ ਸਾਰੇ ਜਿਹੜੇ ਬੰਦੇ ਆਏ ਆ, ਦਵਿੰਦਰ ਨਾਥ ਟੈਗੋਰ ਆਇਆ, ਚਾਹੇ ਉਹ ਕੇਸ਼ਵ ਚੰਦਰ ਸੇਨ ਆਇਆ, ਇਹ ਸਾਰਾ ਕੁਝ ਯਾਦ ਰੱਖਣਾ ਤੁਸੀਂ। ਠੀਕ ਹੈ, ਅੱਗੇ ਗੱਲ ਕਰਦੇ ਹਾਂ ਜੀ, ਨਿਰੰਕਾਰੀ ਲਹਿਰ। ਹੁਣ ਪੰਜਾਬ ਦੇ ਵਿੱਚ ਵੀ ਦੇਖੋ ਸ਼ੁਰੂ ਹੋਣਗੀਆਂ ਨਿਰੰਕਾਰੀ ਲਹਿਰ। ਤਾਂ ਨਿਰੰਕਾਰੀ ਜਿਹੜੀ ਲਹਿਰ ਹੈਗੀ ਰਾਜੇ, ਉਹ ਬਾਬਾ ਦਿਆਲ ਦਾਸ ਜੋ ਕਿ ਇੱਕ ਪਸ਼ਾਵਰ ਦਾ ਕਰੋੜਪਤੀ ਵਪਾਰੀ ਸੀਗਾ ਬੰਦਾ, ਉਹਨੇ ਸ਼ੁਰੂ ਕੀਤੀ ਸੀਗੀ। ਠੀਕ ਹੈ, ਤਾਂ ਪੁੱਛਿਆ ਜਾਂਦਾ ਹੁੰਦਾ ਵੀ ਲਹਿਰ ਦੀ ਸਥਾਪਨਾ ਕਿਹਨੇ ਕੀਤੀ ਹੈ, ਤਾਂ ਬਾਬਾ ਦਿਆਲ ਦਾਸ ਨੇ ਕੀਤੀ ਹੈ। ਕਿੱਥੋਂ ਦਾ ਸੀਗਾ ਜੀ, ਪਸ਼ਾਵਰ ਦਾ। ਠੀਕ ਹੈ ਜੀ, ਤੇ ਇੱਕ ਕਰੋੜਪਤੀ ਵਪਾਰੀ ਸੀਗਾ। ਇਸ ਤੋਂ ਇਲਾਵਾ ਕਹਿੰਦਾ ਜੀ ਉਹਨਾਂ ਦਾ ਮੇਨ ਮੰਤਵ ਕੀ ਸੀਗਾ ਜੀ, ਮੰਤਵ ਉਹਨਾਂ ਦਾ ਇਹੀ ਸੀਗਾ ਸਿੱਖ ਦੀ ਜਿਹੜੀ ਸਿੱਖੀ ਦੇ ਵਿੱਚ ਜਿਹੜੀਆਂ ਰਿਆਇਤ ਤੇ ਮਰਿਆਦਾ ਹੈਗੀ, ਉਹ ਚ ਮੁੜ ਪਵਿੱਤਰਤਾ ਲੈ ਕੇ ਆਉਣੀ। ਤੁਹਾਨੂੰ ਮੈਂ ਦੱਸਿਆ ਵੀ ਮਕਸਦ ਸਾਰਿਆਂ ਦਾ ਇੱਕੋ ਹੀ ਹੈ, ਚਾਹੇ ਉਹ ਹਿੰਦੂ ਧਰਮ ਦੇ ਕਰਕੇ ਆਈ ਲਹਿਰ ਕੋਈ ਆਈ ਹੈ, ਚਾਹੇ ਸਿੱਖ ਧਰਮ ਕਰਕੇ ਲਹਿਰ ਆਈ ਹੈ, ਬਟ ਉਹਨਾਂ ਦਾ ਮੇਨ ਮੰਤਵ ਇਹੀ ਹੈ ਕਿ ਆਪਣੇ ਧਰਮ ਦੇ ਵਿੱਚ ਕੀ ਰਹਿਣਾ, ਪਵਿੱਤਰ ਰਹਿਣਾ ਜ਼ਰੂਰੀ ਹੈ। ਤਾਂ ਗੱਲ ਕਰਦੇ ਹਾਂ ਜੀ ਅੱਗੇ, ਕਹਿੰਦਾ ਜੀ ਉਹਨਾਂ ਦਾ ਉਹਨਾਂ ਨਾਲ ਸਿੱਖਾਂ ਦਾ ਇੱਕ ਵਿਸ਼ਵਾਸ ਸੀਗਾ ਵੀ ਨਿਰੰਕਾਰ ਇੱਕ ਹੀ ਹੈ। ਨਿਰੰਕਾਰ ਕੌਣ ਹੁੰਦਾ, ਰੱਬ ਨੂੰ ਨਿਰੰਕਾਰ ਕਹਿੰਦੇ ਆ ਆਪਾਂ, ਹਨਾ, ਨਿਰੰਕਾਰ ਇੱਕ ਹੀ ਹੈ, ਰੱਬ ਦਾ ਰੂਪ ਹੈ ਆਪਾਂ। ਠੀਕ ਹੈ, ਤਾਂ ਇਸ ਮੰਤਵ ਤੋਂ ਕਹਿੰਦਾ ਇਸ ਲਹਿਰ ਦਾ ਨਾਮ ਨਿਰੰਕਾਰੀ ਲਹਿਰ ਪੈ ਗਿਆ। ਤਾਂ ਮੇਨ ਇਹ ਮਤਲਬ ਕਿ ਰੱਬ ਦੇ ਵਿੱਚ ਵਿਸ਼ਵਾਸ ਰੱਖਦੇ ਸੀਗੇ, ਠੀਕ ਹੈ ਜੀ, ਇਸ ਕਰਕੇ ਇਹਨਾਂ ਨਾਮ ਵੀ ਨਿਰੰਕਾਰੀ ਲਹਿਰ ਪੈ ਗਿਆ। ਠੀਕ ਹੈ, ਤਾਂ ਨੈਕਸਟ ਗੱਲ ਕਰਦੇ ਆਪਾਂ। ਇਸ ਤੋਂ ਇਲਾਵਾ ਰਾਜੇ ਕਹਿੰਦੇ ਜੀ ਮੂਰਤੀ ਪੂਜਾ ਹੋ ਗਈ, ਧਾਰਮਿਕ ਯਾਤਰਾ ਹੋ ਗਈਆਂ, ਜਿਹੜੇ ਪਖੰਡ ਜੁੜੇ ਹੋਏ ਉਹਨਾਂ ਦਾ ਵਿਰੋਧ ਕਰਦੇ ਸੀਗੇ। ਠੀਕ ਹੈ ਜੀ, ਤਾਂ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਵਿਰੋਧ ਕੀਤਾ, ਉਵੇਂ ਮਤਲਬ ਉਸ ਸਿਧਾਂਤ ਤੇ ਚੱਲ ਰਹੇ ਨੇ ਇਹ ਨਿਰੰਕਾਰੀ ਲਹਿਰ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਕਹਿੰਦਾ 1851 ਈਸਵੀ ਦੇ ਵਿੱਚ ਉਹਨਾਂ ਨੇ ਕਹਿੰਦਾ ਰਾਵਲਪਿੰਡੀ ਦੇ ਨੇੜੇ ਇੱਕ ਨਦੀ ਹੈਗੀ ਹੈ ਲੇਈ ਨਦੀ। ਠੀਕ ਹੈ, ਵੇਈ ਨਹੀਂ ਹੈਗੀ, ਲੇਈ। ਠੀਕ ਹੈ, ਯਾਦ ਰੱਖਿਓ, ਲੇਈ ਨਦੀ ਦੇ ਕਿਨਾਰੇ ਇੱਕ ਇਹਨਾਂ ਨੇ ਨਿਰੰਕਾਰੀ ਦਰਬਾਰ ਸਥਾਪਿਤ ਕੀਤਾ, ਤੇ ਇਸੇ ਕਰਕੇ ਇਹਨਾਂ ਦਾ ਨਾਮ ਕੀ ਪੈ ਗਿਆ, ਦਿਆਲਸਰ। ਤਾਂ ਯਾਦ ਰੱਖਿਓ, ਪੇਪਰ ਦੇ ਵਿੱਚ ਪੁੱਛਿਆ ਜਾਂਦਾ ਹੁੰਦਾ ਨਦੀ ਕਿਹੜੀ ਹੈਗੀ ਹੈ ਰਾਜੇ, ਲੇਈ ਨਦੀ ਹੈ, ਤੇ ਨਾਮ ਕੀ ਪੈ ਗਿਆ ਸੀਗਾ, ਦਿਆਲਸਰ ਪੈ ਗਿਆ ਸੀਗਾ। ਕਿੱਥੇ ਹੈ, ਰਾਵਲਪਿੰਡੀ ਦੇ ਵਿੱਚ, 1851 ਈਸਵੀ। ਸਭ ਕੁਝ ਯਾਦ ਰੱਖਣਾ। ਤਾਂ ਅੱਗੇ ਗੱਲ ਕਰੀਏ ਜੀ ਆਪਾਂ, ਤਾਂ ਇਸ ਤੋਂ ਬਾਅਦ ਜਿਹੜੀ ਇਹ ਗੱਦੀ ਦਿੰਦੇ ਆ ਜੀ, ਬਾਬਾ ਦਿਆਲ ਦਾਸ ਆਪਣੇ ਵੱਡਾ ਪੁੱਤਰ ਹੁੰਦਾ ਜੀ ਇਹਨਾਂ ਦਰਬਾਰਾ ਸਿੰਘ, ਉਹਨੂੰ ਆਪਣਾ ਕੀ ਬਣਾ ਦਿੰਦੇ ਆ, ਉੱਤਰਾਧਿਕਾਰੀ ਬਣਾ ਦਿੰਦੇ ਆ। ਤਾਂ ਇਹ ਵੀ ਯਾਦ ਰੱਖਣਾ ਵੀ ਇਹਨਾਂ ਤੋਂ ਬਾਅਦ ਕਿਹੜਾ ਬਣਿਆ ਸੀਗਾ, ਤੇ ਬਾਬਾ ਦਰਬਾਰਾ ਸਿੰਘ ਬਣਿਆ ਸੀਗਾ। ਇਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਦਰਬਾਰਾ ਸਾਹਿਬ, ਦਰਬਾਰਾ ਸਿੰਘ ਤੋਂ ਬਾਅਦ ਇਹਦਾ ਭਰਾ ਸੀਗਾ ਰਤਨ ਸਿੰਘ, ਤੇ ਰਤਨ ਸਿੰਘ ਨੂੰ ਬਣਾਇਆ ਜਾਂਦਾ ਹੈ। ਰਤਨ ਸਿੰਘ ਤੋਂ ਉਹਦਾ ਪੁੱਤਰ ਬਣ ਜਾਂਦਾ ਗੁਰਦਿੱਤ ਸਿੰਘ, ਤੇ ਗੁਰਦਿੱਤ ਸਿੰਘ ਤੋਂ ਪੁੱਤਰ ਹੁੰਦਾ ਜੀ ਹਰ ਸਿੰਘ। ਇਹ ਸਾਰੇ ਗੱਦੀ ਦੇ ਵਾਰੋ ਵਾਰੀ ਕੀ ਬਣਦੇ ਆ, ਉੱਤਰਾਧਿਕਾਰੀ ਬਣਦੇ ਆ। ਵੈਸੇ ਇੰਨੀ ਡਿਟੇਲ 'ਚ ਕਦੇ ਪੁੱਛਿਆ ਨਹੀਂਗਾ, ਬਟ ਉਸ ਨੌਲੇਜ ਵਾਸਤੇ ਮੈਂ ਦੱਸਤਾ ਦਰਬਾਰਾ ਸਿੰਘ ਬੁਲਟ ਹੈ। ਠੀਕ ਹੈ, ਤਾਂ ਨੈਕਸਟ ਗੱਲ ਕਰਦੇ ਹਾਂ ਜੀ ਇਹਨਾਂ ਨੇ, ਕਹਿੰਦਾ ਜੀ ਇਹਨਾਂ ਸਭ ਦਾ ਕੰਮ ਕੀ ਸੀਗਾ, ਉਦੇਸ਼ ਕੀ ਸੀਗਾ ਰਾਜੇ, ਇਹਨਾਂ ਦਾ ਉਦੇਸ਼ ਇਹੀ ਸੀਗਾ, ਚਾਹੇ ਕੋਈ ਜੰਮਦਾ ਹੈ, ਚਾਹੇ ਕੋਈ ਮਰਦਾ ਹੈ, ਕੋਈ ਮੰਗਣੀ ਕਰਾਉਂਦਾ, ਵਿਆਹ ਕਰਾਉਂਦਾ, ਸਾਰਿਆਂ ਨੇ ਕੀ ਕਰਨਾ, ਗੁਰੂ ਗ੍ਰੰਥ ਸਾਹਿਬ ਜੀ ਦੇ ਅਕੋਰਡਿੰਗ, ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਹੁਕਮਨਾਮੇ ਜਾਰੀ ਹੁੰਦੇ ਆ, ਉਹਦੇ ਆਧਾਰ ਤੇ ਕੀ ਕਰਨਾ, ਕੰਮ ਕਰਨੇ ਨੇ ਜੀ, ਚਾਹੇ ਉਹ ਜਨਮ ਹੈ, ਚਾਹੇ ਕੋਈ ਮਰਨ ਹੈ, ਚਾਹੇ ਕੋਈ ਵਿਆਹ ਕਰਵਾ ਰਿਹਾ। ਠੀਕ ਹੈ, ਜਿਵੇਂ ਅੱਜ ਕੱਲ੍ਹ ਆਪਾਂ ਕਰਦੇ ਹਾਂ ਸਿੱਖਾਂ ਦੇ ਵਿੱਚ, ਤਾਂ ਸੇਮ ਚੀਜ਼ ਸੀਗੀ ਉਸ ਟਾਈਮ ਤੇ। ਤਾਂ ਨੈਕਸਟ ਮੂਵ ਕਰਦੇ ਹਾਂ ਜੀ ਆਪਾਂ। ਇਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਜੀ, ਜਦੋਂ ਭਾਰਤ ਦੀ ਵੰਡ ਹੋ ਜਾਂਦੀ ਹੈ 1947 ਤੋਂ ਬਾਅਦ, ਜਿਹੜਾ ਦਰਬਾਰ ਸੀਗਾ ਉਹ ਰਾਵਲਪਿੰਡੀ ਤੋਂ ਸ਼ਿਫਟ ਕਰ ਦਿੰਦੇ, ਕਿੱਥੇ ਅੰਮ੍ਰਿਤਸਰ ਵਿਖੇ ਸ਼ਿਫਟ ਹੋ ਜਾਂਦਾ। ਤਾਂ ਅੰਮ੍ਰਿਤਸਰ ਤੋਂ ਬਾਅਦ ਅੱਜ ਕੱਲ ਜੇ ਦੇਖੀਏ ਤਾਂ ਦਰਬਾਰ ਕਿੱਥੇ ਹੈ ਜੀ, ਚੰਡੀਗੜ੍ਹ ਵਿਖੇ ਇਹਨਾਂ ਦਾ ਮੇਨ ਹੈਡਕੁਆਟਰ ਹੈ ਨਿਰੰਕਾਰੀ ਲਹਿਰ ਦਾ। ਠੀਕ ਹੈ, ਇਹ ਯਾਦ ਰੱਖ ਲਿਓ। ਅੰਮ੍ਰਿਤਸਰ ਵਾਲਾ ਪੁੱਛਿਆ ਜਾਂਦਾ ਹੁੰਦਾ ਵੀ ਰਾਵਲਪਿੰਡੀ ਤੋਂ ਬਾਅਦ ਕਿੱਥੇ ਸਥਾਪਿਤ ਕੀਤਾ ਗਿਆ, ਤਾਂ ਅੰਮ੍ਰਿਤਸਰ ਕੀਤਾ ਗਿਆ ਵੰਡ ਤੋਂ ਬਾਅਦ 1947 ਤੋਂ ਬਾਅਦ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਇਹ ਸੀਗੀ ਨਿਰੰਕਾਰੀ ਲਹਿਰ। ਅਗਲੀ ਲਹਿਰ ਦੇ ਵੱਲ ਆਪਾਂ ਵੱਧਦੇ ਹਾਂ ਜੀ। ਅਗਲੀ ਲਹਿਰ ਆਈ ਕਿ ਸੀਗੀ, ਰਾਧਾ ਸਵਾਮੀ ਲਹਿਰ। ਠੀਕ ਹੈ, ਰਾਧਾ ਸਵਾਮੀ ਲਹਿਰ। ਤਾਂ ਕਹਿੰਦਾ ਜੀ ਰਾਧਾ ਸਵਾਮੀ ਜਿਹੜੀ ਲਹਿਰ ਹੈਗੀ ਹੈ ਰਾਜੇ, ਇਹ ਆਗਰੇ ਦੇ ਇੱਕ ਹਿੰਦੂ ਜਿਹੜੇ ਸੀਗੇ ਖਜ਼ਾਨਚੀ ਸੀਗੇ, ਸ਼ਿਵ ਦਿਆਲ ਜੀ ਨੇ ਸ਼ੁਰੂ ਕੀਤੀ ਸੀਗੀ। ਠੀਕ ਹੈ ਜੀ, ਇਹ ਯਾਦ ਰੱਖਣਾ, ਆਗਰੇ ਦੇ ਹਿੰਦੂ ਸੀਗੇ ਖਜ਼ਾਨਚੀ ਸ਼ਿਵ ਦਿਆਲ, ਬੈਂਕਰ ਕਹਿ ਦਿੰਦੇ ਜਿਨ੍ਹਾਂ ਨੂੰ। ਠੀਕ ਹੈ ਜੀ, ਉਹਨਾਂ ਨੇ ਕਹਿੰਦਾ ਕਿ ਰਾਧਾ ਸਵਾਮੀ ਕਿਉਂ ਕਹਿੰਦੇ
ਕਹਿੰਦਾ ਜੀ ਜਦੋਂ ਉਹਨਾਂ ਨੇ 1878 ਈਸਵੀ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਲਹਿਰ ਕੀ ਹੈ ਦੋ ਭਾਗਾਂ ਵਿੱਚ ਵੰਡੀ ਜਾਂਦੀ ਹੈ ਕਿਹੜੀ ਰਾਧਾ ਸੁਆਮੀ ਲਹਿਰ ਤਾਂ ਇਹਦੇ ਵਿੱਚ ਦੋ ਲਹਿਰਾਂ ਹੁੰਦੀਆਂ ਰਾਜੇ ਇੱਕ ਆਗਰੇ ਦੀ ਲਹਿਰ ਹੁੰਦੀ ਦੂਸਰੀ ਬਿਆਸ ਵਾਲੀ ਤਾਂ ਬਿਆਸ ਵਾਲੀ ਤੁਸੀਂ ਜਾਣਦੇ ਹੋ ਬਾਬਾ ਜੈਮਲ ਸਿੰਘ ਨੇ ਇਹਦੀ ਨੀਂਹ ਰੱਖੀ ਸੀਗੀ ਤਾਂ ਬਿਆਸ ਵਾਲੀ ਇੰਪੋਰਟੈਂਟ ਆਪਣੇ ਪੇਪਰਾਂ ਵਾਸਤੇ ਤਾਂ ਜੈਮਲ ਸਿੰਘ ਤੋਂ ਬਾਅਦ ਕੌਣ ਬਣਦਾ ਰਾਜੇ ਉੱਤਰਾਧਿਕਾਰੀ ਸਾਵਣ ਸਿੰਘ ਗਰੇਵਾਲ ਬਣਦਾ ਤੇ ਗਰੇਵਾਲ ਜੀ ਤੋਂ ਬਾਅਦ ਬਣਦੇ ਨੇ ਜਗਤ ਸਿੰਘ ਤੇ ਜਗਤ ਸਿੰਘ ਤੋਂ ਬਾਅਦ ਬਣਦੇ ਨੇ ਜੀ ਬਾਬਾ ਚਰਨ ਸਿੰਘ ਤੇ ਚਰਨ ਸਿੰਘ ਜੀ ਤੋਂ ਬਾਅਦ ਅੱਜ ਕੱਲ ਕਿਹੜੇ ਨੇ ਬਾਬਾ ਗੁਰਿੰਦਰ ਸਿੰਘ ਚਲੋ ਇੰਨੀ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ ਜੈਮਨ ਸਿੰਘ ਜੀ ਦਾ ਨਾਮ ਯਾਦ ਰੱਖਣਾ ਤੇ ਸਵਾਵਣ ਸਿੰਘ ਗਰੇਵਾਲ ਦਾ ਠੀਕ ਹੈ ਉਸ ਤੋਂ ਬਾਅਦ ਜਗਤ ਸਿੰਘ ਬਣੇ ਆ ਜਗਤ ਸਿੰਘ ਤੋਂ ਬਾਅਦ ਚਰਨ ਸਿੰਘ ਤੋਂ ਬਾਅਦ ਗੁਰਿੰਦਰ ਸਿੰਘ ਤਾਂ ਇਹ ਚੱਲ ਰਹੀ ਹੈ ਜੀ ਲਹਿਰ ਅੱਜ ਵੀ ਠੀਕ ਹੈ ਰਾਧਾ ਸੁਆਮੀ ਲਹਿਰ ਬਿਆਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਾ ਕੇ ਅਗਲੀ ਲਹਿਰ ਅੱਜ ਕਾਫੀ ਇੰਪੋਰਟੈਂਟ ਲਹਿਰ ਹੈ ਨਾਮਧਾਰੀ ਲਹਿਰ ਜਿਹਨੂੰ ਆਪਾਂ ਕੂਕਾ ਲਹਿਰ ਵੀ ਕਹਿੰਦੇ ਆ ਕੂਕਾ ਲਹਿਰ ਇਸ ਕਰਕੇ ਕਿਹਾ ਜਾਂਦਾ ਹੈ ਕਿ ਜਿਹੜੇ ਨਾਮਧਾਰੀ ਲਹਿਰ ਦੇ ਜਿਹੜੇ ਭਗਤ ਕਹਿ ਲਓ ਚੇਲੇ ਕਹਿ ਲਓ ਇਹ ਜਿਸ ਟਾਈਮ ਭਗਤੀ ਕਰਦੇ ਸੀ ਨਾ ਉੱਚੀ ਉੱਚੀ ਕੂਕਾਂ ਮਾਰਦੇ ਸੀਗੇ ਕੂਕ ਕੇ ਰੱਬ ਨੂੰ ਯਾਦ ਕਰਦੇ ਸੀ ਇਸ ਕਰਕੇ ਇਹਨਾਂ ਨੂੰ ਕੂਕਾ ਕਿਹਾ ਜਾਂਦਾ ਹੈ ਠੀਕ ਹੈ ਬਾਕੀ ਡਿਟੇਲ 'ਚ ਪੜ੍ਹਦੇ ਆਪਾਂ ਇਹਨੂੰ ਠੀਕ ਹੈ ਨੈਕਸਟ ਚੱਲਦੇ ਹਾਂ ਮੂਵ ਕਰਦੇ ਹਾਂ ਤਾਂ ਨਾਮਧਾਰੀ ਲਹਿਰ ਦੀ ਜਿਹੜੀ ਨੀਂਹ ਰੱਖੀ ਰਾਜੇ ਬਾਬਾ ਬਾਲਕ ਸਿੰਘ ਜੀ ਨੇ ਰੱਖੀ ਹੈ 1797 ਤੋਂ 1862 ਈਸਵੀ ਇਹਨਾਂ ਦਾ ਜਨਮ ਤੇ ਡੈਥ ਹੈ ਇਹਨਾਂ ਨੇ ਰੱਖੀ ਸੀਗੀ ਉਹ ਕਹਿੰਦਾ ਜੀ ਸੰਤ ਸੁਭਾਅ ਦੇ ਮਾਲਕ ਸੀਗੇ ਬਹੁਤ ਮਤਲਬ ਕਿ ਦਿਆਲੂ ਸੀਗੇ ਬਹੁਤ ਨਿਮਰਤਾ ਵਾਲੇ ਸੀਗੇ ਤੇ ਉਹ ਭਗਤ ਜਵਾਹਰ ਮਾਲ ਨੂੰ ਆਪਣਾ ਗੁਰੂ ਮੰਨਦੇ ਸੀਗੇ ਕਈ ਵਾਰੀ ਵੈਸੇ ਚਲੋ ਇਹ ਤਾਂ ਪੀਸੀਐਸ ਦੇ ਵਿੱਚ ਪੁੱਛਿਆ ਜਾਂਦਾ ਨਹੀਂ ਡਿਟੇਲ ਦੇ ਵਿੱਚ ਤੁਹਾਨੂੰ ਨਹੀਂ ਪੁੱਛਿਆ ਜਾਊਗਾ ਬਟ ਯਾਦ ਰੱਖ ਲਿਓ ਭਗਤ ਜਵਾਹਰ ਮਾਲ ਜੀ ਨੂੰ ਕੀ ਮੰਨਦੇ ਸੀ ਆਪਣਾ ਗੁਰੂ ਮੰਨਦੇ ਸੀਗੇ ਆਪਣਾ ਆਈਡਲ ਮੰਨਦੇ ਸੀਗੇ ਠੀਕ ਹੈ ਮਤਲਬ ਦੂਸਰਾ ਕੰਮ ਉਹ ਕੀ ਕਰਦੇ ਸੀਗੇ ਵਿਸ਼ਵਾਸ ਕਰਦੇ ਸੀਗੇ ਵੀ ਸਖਤ ਤਪ ਕਰੋ ਮੁਕਤੀ ਪਾਉਣ ਵਾਸਤੇ ਕੀ ਕਹਿਣ ਦਾ ਮਤਲਬ ਸਖਤ ਭਗਤੀ ਕਰੋ ਠੀਕ ਹੈ ਇਸ ਜਨਮ ਦੇ ਜਿਹੜੀ 84 ਲੱਖ ਜੂਨ ਹੈ ਇਹ ਤੋਂ ਮੁਕਤੀ ਪਾਓ ਤੇ ਪ੍ਰਮਾਤਮਾ ਨੂੰ ਯਾਦ ਕਰੋ ਇਸ ਤੋਂ ਇਲਾਵਾ ਕਹਿੰਦਾ ਜੀ ਉਹਨਾਂ ਨੇ ਆਪਣੀ ਮੌਤ ਤੋਂ ਪਹਿਲਾਂ ਆਪਣੇ ਭਗਤਾਂ ਨੂੰ ਇੱਕ ਨਾਮ ਦਿੱਤਾ ਸੀ ਜਗਿਆਸੂ ਜਿਹਨੂੰ ਆਪਾਂ ਅਭਿਆਸੀ ਕਹਿ ਦਿੰਦੇ ਹਾਂ ਲੇਕਿਨ ਜਗਿਆਸੂ ਵਰਡ ਯਾਦ ਰੱਖਣਾ ਇਹ ਕੁਐਸਚਨ ਪੁੱਛਿਆ ਜਾਂਦਾ ਐਗਜ਼ਾਮ ਦੇ ਵਿੱਚ ਉਹਨਾਂ ਨੇ ਆਪਣੇ ਭਗਤਾਂ ਨੂੰ ਕਿਹੜਾ ਨਾਮ ਦਿੱਤਾ ਜਗਿਆਸੂ ਦਾ ਨਾਮ ਦਿੱਤਾ ਤੇ ਜਿਹੜੇ ਅੱਜ ਕੱਲ੍ਹ ਜੇ ਆਪਾਂ ਮਾਡਰਨ ਡੇਜ਼ ਦੇ ਵਿੱਚ ਗੱਲ ਕਰੀਏ ਉਹ ਆਪਣੇ ਆਪ ਨੂੰ ਕੀ ਕਹਿ ਦਿੰਦੇ ਆ ਨਾਮਧਾਰੀ ਠੀਕ ਹੈ ਤੁਸੀਂ ਆਮ ਦੇਖਦੇ ਹੋਗੇ ਨਾਮਧਾਰੀ ਜਿਹੜੇ ਕਿ ਵਾਈਟ ਕਲਰ ਦੇ ਕੁੜਤਾ ਪਜਾਮਾ ਪਾਉਂਦੇ ਆ ਠੀਕ ਹੈ ਤੇ ਸਿਰ ਤੇ ਗੋਲ ਪੱਗ ਸਜਾਉਂਦੇ ਆ ਨਾਮਧਾਰੀ ਹੁੰਦੇ ਆ ਠੀਕ ਹੈ ਉਹ ਵਾਈਟ ਕਲਰ ਦੇ ਕੱਪੜੇ ਹੀ ਪਾਉਂਦੇ ਆ ਤਾਂ ਅੱਗੇ ਗੱਲ ਕਰਦੇ ਆ ਜੀ ਆਪਾਂ ਜਦੋਂ ਇਹ ਕਹਿੰਦੇ ਜੀ ਜੋਤੀ ਜੋਤ ਸਮਾ ਰਹੇ ਸੀਗੇ ਆਪਣੇ ਠੀਕ ਹੈ ਜੀ ਜਿਹੜੇ ਆਪਣੇ ਜਿਹੜੇ ਫਾਊਂਡਰ ਆਪਾਂ ਗੱਲ ਕਰਕੇ ਆਏ ਬਾਬਾ ਬਾਲਕ ਸਿੰਘ ਜੀ ਦੀ ਇਹਨਾਂ ਨੇ ਅਗਲਾ ਉੱਤਰਾਧਿਕਾਰੀ ਬਣਾਇਆ ਜੀ ਆਪਣਾ ਭਗਤ ਸੀਗਾ ਇਹਨਾਂ ਦਾ ਠੀਕ ਹੈ ਇਹਨਾਂ ਦਾ ਚੇਲਾ ਸੀਗਾ ਰਾਮ ਸਿੰਘ ਜੀ ਰਾਮ ਸਿੰਘ ਜੀ ਨੂੰ ਗੁਰੂ ਬਣਾਇਆ ਗਿਆ ਠੀਕ ਹੈ ਉੱਤਰਾਧਿਕਾਰੀ ਤਾਂ ਰਾਮ ਸਿੰਘ ਜੀ ਤਾਂ ਰਾਮ ਸਿੰਘ ਜੀ ਦਾ ਬਹੁਤ ਇੰਪੋਰਟੈਂਟ ਰੋਲ ਹੈ ਰਾਜੇ ਇਹਨਾਂ ਤੋਂ ਬਹੁਤ ਕਾਫੀ ਕੁਐਸਚਨ ਆਉਂਦੇ ਆ ਐਗਜ਼ਾਮ ਦੇ ਵਿੱਚ ਤਾਂ ਰਾਮ ਸਿੰਘ ਜੀ ਨੇ ਕਾਫੀ ਵਧੀਆ ਕੰਮ ਵੀ ਕੀਤੇ ਆ ਤਾਂ ਗੱਲ ਕਰਦੇ ਹਾਂ ਜੀ ਆਪਾਂ ਇਹਨਾਂ ਦੇ ਕੰਮਾਂ ਬਾਰੇ ਤਾਂ ਕਹਿੰਦਾ ਜੀ ਰਾਮ ਸਿੰਘ ਜੀ ਇਹਨਾਂ ਨੂੰ ਉੱਤਰਾਧਿਕਾਰੀ ਬਣਾਇਆ ਗਿਆ ਰਾਮ ਸਿੰਘ ਜੀ ਨੂੰ ਤੇ ਰਾਮ ਸਿੰਘ ਜੀ ਤੋਂ ਬਾਅਦ ਉਹਨਾਂ ਦੇ ਭਰਾ ਬਣੇ ਸੀਗੇ ਹਰੀ ਸਿੰਘ ਤੇ ਹਰੀ ਸਿੰਘ ਜੀ ਦੇ ਅੱਗੇ ਪੁੱਤਰ ਸੀਗਾ ਪ੍ਰਤਾਪ ਸਿੰਘ ਤੇ ਪ੍ਰਤਾਪ ਸਿੰਘ ਜੀ ਦੇ ਅੱਗੇ ਪੁੱਤਰ ਸੀਗੇ ਜਗਜੀਤ ਸਿੰਘ ਜਗਜੀਤ ਸਿੰਘ ਜੀ ਦਾ ਭਤੀਜਾ ਸੀਗਾ ਉਦੇ ਸਿੰਘ ਅੱਜ ਕੱਲ ਉਦੇ ਸਿੰਘ ਜੀ ਗੱਦੀ ਤੇ ਨੇ ਤਾਂ ਕਹਿਣ ਦਾ ਮਤਲਬ ਕੀ ਹੈ ਕਿ ਸਾਰਾ ਕੁਝ ਯਾਦ ਰੱਖਣਾ ਤੁਸੀਂ ਠੀਕ ਹੈ ਜੀ ਬਸ ਰਾਮ ਸਿੰਘ ਜੀ ਤਾਂ ਯਾਦ ਰੱਖਣੇ ਰੱਖਣੇ ਆ ਵੀ ਕੌਣ ਸੀਗੇ ਰਿਲੇਸ਼ਨ ਕੀ ਸੀਗਾ ਵੀ ਯਾਦ ਰੱਖਣਾ ਉਹਨਾਂ ਦੇ ਭਗਤ ਸੀਗੇ ਠੀਕ ਹੈ ਜੀ ਤਾਂ ਕਲੀਅਰ ਹੈ ਨੈਕਸਟ ਗੱਲ ਕਰਦੇ ਆ ਜੀ ਹੁਣ ਆਪਾਂ ਜੇ ਮੈਂ ਗੱਲ ਕਰਾਂ ਬਾਬਾ ਰਾਮ ਸਿੰਘ ਜੀ ਦੀ ਰਾਜੇ ਇਹਨਾਂ ਦਾ ਪਿੰਡ ਸੀਗਾ ਭੈਣੀ ਤਾਂ ਬੇਸਿਕਲੀ ਜਿਹੜੀ ਨਾਮਧਾਰੀ ਲਹਿਰ ਹੈਗੀ ਰਾਜੇ ਇਹਨਾਂ ਦਾ ਮੇਨ ਹੈੱਡਕੁਆਟਰ ਵੀ ਭੈਣੀ ਆ ਭੈਣੀ ਜ਼ਿਲ੍ਹਾ ਲੁਧਿਆਣੇ ਦੇ ਵਿੱਚ ਪੈਂਦਾ ਤੇ ਇਹ ਸਿੱਖੀ ਦੇ ਵਿੱਚ ਦ੍ਰਿੜ ਸੀਗੇ ਤੇ ਭਗਤ ਸੀਗੇ ਤੇ ਅੰਮ੍ਰਿਤ ਛਕਾਉਣ ਦੀ ਵਿਧੀ ਨੂੰ ਕੀ ਕਰਦੇ ਸੀ ਵਿਸ਼ੇਸ਼ ਮਹੱਤਤਾ ਦਿੰਦੇ ਸੀਗੇ ਕਹਿਣ ਦਾ ਮਤਲਬ ਕੀ ਸੀਗੇ ਆਪਣੀ ਰਹਿਤ ਮਰਿਆਦਾ ਦੇ ਵਿੱਚ ਸੀਗੇ ਪੂਰੇ ਇਸ ਤੋਂ ਬਾਅਦ ਗੱਲ ਕਰਦੇ ਆ ਜੀ ਕਹਿੰਦੇ ਬਾਬਾ ਰਾਮ ਸਿੰਘ ਜੀ ਜਿਹੜੇ ਜਵਾਨੀ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੇ ਫੌਜ ਦੇ ਵਿੱਚ ਕੀ ਭਰਤੀ ਹੋ ਗਏ ਆ ਪਰ ਇਹ ਬਧੇਰਾ ਸਮਾਂ ਕੀ ਕਰਦੇ ਸੀਗੇ ਭਗਤੀ ਕਰਦੇ ਸੀਗੇ ਜਿਸ ਕਰਕੇ ਇਹ ਜਲਦੀ ਫੌਜ ਦੇ ਵਿੱਚ ਕੀ ਹੋ ਗਏ ਹਰਮਨ ਪਿਆਰੇ ਹੋ ਗਏ ਬਟ ਕਈ ਵਾਰੀ ਕਹਿੰਦਾ ਭਗਤੀ ਦੇ ਵਿੱਚ ਇੰਨਾ ਲੀਨ ਹੋ ਜਾਂਦੇ ਸੀਗੇ ਕਿ ਆਪਣਾ ਜਿਹੜੇ ਦੁਨਿਆਵੀ ਕੰਮ ਹੈਗੇ ਆ ਫਰਜ਼ੀ ਜਿਹੜੇ ਫੌਜ ਦੇ ਫਰਜ਼ ਸੀਗੇ ਉਹਨੂੰ ਭੁੱਲ ਜਾਂਦੇ ਸੀਗੇ ਇਸੇ ਕਰਨਾ ਕਰਕੇ ਇਹਨਾਂ ਦਾ ਮਨ ਨਹੀਂ ਲੱਗਦਾ ਸੀਗਾ ਮਤਲਬ ਕਿ ਤੇ ਇਹਨਾਂ ਨੇ ਕੀ ਕਰਤਾ ਸੀਗਾ ਫੌਜ ਦੀ ਭਰਤੀ ਜਿਹੜੀ ਸੀਗੀ ਨੌਕਰੀ ਸੀਗੀ ਛੱਡਤੀ ਸੀਗੀ ਤਾਂ ਕੁਝ ਸਮਾਂ ਮਗਰੋਂ ਇਹ ਨੌਕਰੀ ਛੱਡ ਦਿੰਦੇ ਆ ਤੇ ਛੱਡ ਕੇ ਕੀ ਕਰਦੇ ਆ ਜੀ ਆਪਣਾ ਸਮਾਜ ਸੁਧਾਰਕ ਲਹਿਰ ਨੂੰ ਕਾਇਮ ਕਰਦੇ ਆ ਜੀ ਇਹ ਭੈਣੀ ਸਾਹਿਬ ਵਿਖੇ ਆ ਜਾਂਦੇ ਆ ਠੀਕ ਹੈ ਤਾਂ ਨੈਕਸਟ ਗੱਲ ਕਰਦੇ ਆ ਜੀ ਆਪਾਂ ਹੁਣ ਦੇਖੋ ਇਸ ਤੋਂ ਬਾਅਦ ਕਾਫੀ ਸਾਰੇ ਇੰਸੀਡੈਂਟ ਹੁੰਦੇ ਆ ਮਤਲਬ ਕਿ ਇਹ ਮੈਂ ਹੁਣ ਤੁਹਾਨੂੰ ਇੰਨੀ ਡਿਟੇਲ 'ਚ ਜਾਣ ਦੀ ਜ਼ਰੂਰਤ ਨਹੀਂ ਹੈਗੀ ਇਹ ਕਾਫੀ ਕੰਮ ਕਰਦੇ ਆ ਸਮਾਜ ਸੁਧਾਰ ਵਾਸਤੇ ਲੇਕਿਨ ਸਭ ਤੋਂ ਵੱਡਾ ਕੰਮ ਕੀ ਕਰਦੇ ਰਾਜੇ ਇਹ ਗਊ ਹੱਤਿਆ ਨੂੰ ਰੋਕਦੇ ਆ ਗਊ ਹੱਤਿਆ ਨੂੰ ਰੋਕਣ ਵਿੱਚ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਇਹਨਾਂ ਨੇ ਮਤਲਬ ਗਊ ਹੱਤਿਆ ਰੋਕਣ ਵਾਸਤੇ ਮਤਲਬ ਕਿ ਬਹੁਤ ਜ਼ਿਆਦਾ ਕੰਮ ਕੀਤੇ ਤਾਂ ਇੱਕ ਵਾਰੀ ਇਹ ਲੋਹੜੀ ਮਨਾਉਣ ਵਾਸਤੇ ਇਕੱਠੇ ਹੁੰਦੇ ਬਾਬਾ ਰਾਮ ਸਿੰਘ ਜੀ ਆਪਣੇ ਭਗਤਾਂ ਨੂੰ ਮਤਲਬ ਕਿ ਇੱਕ ਸੁਨੇਹਾ ਪਹੁੰਚਾਉਂਦੇ ਆ ਕਿ ਆਪਾਂ ਲੋਹੜੀ ਮਨਾਉਣੀ ਆ ਤਾਂ ਇਹ ਲੋਹੜੀ ਮਨਾਉਣ ਵਾਸਤੇ ਇਕੱਠੇ ਹੁੰਦੇ ਆ ਬਟ ਉੱਥੇ ਕੁਝ ਜਿਹੜੇ ਭਗਤ ਹੁੰਦੇ ਆ ਉਹ ਇਹਨਾਂ ਨੂੰ ਦੱਸੇ ਬਿਨਾ ਗਊ ਹੱਤਿਆ ਰੋਕਣ ਵਾਸਤੇ ਕੀ ਕਰਦੇ ਆ ਬੁੱਚੜਖਾਨੇ ਤੇ ਬੁੱਚੜਖਾਨੇ ਕੀ ਹੁੰਦੇ ਜਿੱਥੇ ਗਊਆਂ ਨੂੰ ਕੀ ਕੀਤੀ ਜਾਂਦੀ ਹੱਤਿਆ ਕੀਤੀ ਜਾਂਦੀ ਹੈ ਤੇ ਗਊ ਬੁੱਚੜਖਾਨੇ ਤੇ ਹਮਲਾ ਕਰ ਦਿੰਦੇ ਆ ਜਿਸ ਕਰਕੇ ਕੀ ਹੁੰਦਾ ਜੀ ਇਹ ਕਾਫੀ ਲੜਾਈ ਝਗੜਾ ਹੁੰਦਾ
ਤਾਂ ਕਹਿਣ ਦਾ ਮਤਲਬ ਬੜੇ ਮਤਲਬ ਕਿ ਪੂਰੇ ਕੈਮੋ ਕੈਮ ਹੋ ਕੇ ਇਹਨਾਂ ਨੇ ਸ਼ਹੀਦੀ ਦਿੱਤੀ ਹੈ ਆਪਣੀ, ਠੀਕ ਹੈ। ਤਾਂ ਅੰਮ੍ਰਿਤਸਰ ਹੋ ਗਿਆ, ਰਾਏਕੋਟ ਹੋ ਗਿਆ, ਲੁਧਿਆਣਾ ਹੋ ਗਿਆ, ਕਈ ਜਗ੍ਹਾ ਤੇ ਇਹਨਾਂ ਨੂੰ ਫਾਂਸੀ ਵੀ ਦਿੱਤੀ ਗਈ ਹੈ। ਕਹਿਣ ਦਾ ਮਤਲਬ ਕਿ ਇਹਨਾਂ ਨੇ ਮਤਲਬ ਕਾਫੀ ਅੱਛਾ ਕੰਮ ਕੀਤਾ ਗੋ ਹੱਤਿਆ ਰੋਕਣ ਵਾਸਤੇ ਨਾਮਧਾਰੀ ਲਹਿਰ ਦੇ ਵਿੱਚ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਇਸ ਤੋਂ ਬਾਅਦ ਬਾਬਾ ਰਾਮ ਸਿੰਘ ਜੀ ਨੂੰ ਇਹ ਫੜ ਲੈਂਦੇ ਆ 18 ਜਨਵਰੀ 1872 ਨੂੰ, ਕਹਿੰਦਾ ਕੈਦ ਕਰਕੇ ਰੰਗੂਨ ਭੇਜ ਦਿੰਦੇ ਆ। ਤੇ ਉਸ ਤੋਂ ਬਾਅਦ ਇਹਨਾਂ ਦੀ ਮਰਗੋਈ ਟਾਪੂ ਦੇ ਵਿੱਚ ਡੈਥ ਹੋ ਜਾਂਦੀ ਹੈ। ਡੈਥ ਡੇਟ ਯਾਦ ਰੱਖਣੀ ਹੈ ਰਾਜੇ, ਕਾਫੀ ਇੰਪੋਰਟੈਂਟ ਐਗਜ਼ਾਮ ਦੇ ਵਾਸਤੇ 29 ਨਵੰਬਰ 1885 ਨੂੰ ਇਹਨਾਂ ਦੀ ਡੈਥ ਹੋ ਜਾਂਦੀ ਹੈ। ਇਹ ਯਾਦ ਰੱਖਣਾ ਤੁਹਾਡੇ ਐਗਜ਼ਾਮ ਵਾਸਤੇ ਮਹੱਤਵਪੂਰਨ ਹੈ। ਤਾਂ ਗੱਲ ਕਰਦੇ ਹਾਂ ਜੀ ਅੱਗੇ ਆਪਾਂ, ਇਸ ਤੋਂ ਬਾਅਦ ਹੁੰਦਾ ਕੀ ਹੈ ਰਾਜੇ, ਨਾਮਧਾਰੀ ਲਹਿਰ ਦੇ ਦੋ ਖਾਸ ਹੈੱਡਕੁਆਟਰ ਨੇ। ਪਹਿਲਾ ਹੈੱਡਕੁਆਟਰ ਭੈਣੀ ਸਾਹਿਬ ਜ਼ਿਲ੍ਹਾ ਲੁਧਿਆਣਾ, ਯਾਦ ਰੱਖਣਾ ਬਸ ਇਹੀ ਇੰਪੋਰਟੈਂਟ ਹੈ ਤੁਹਾਡੇ ਐਗਜ਼ਾਮ ਵਾਸਤੇ। ਤੇ ਦੂਸਰਾ ਰਾਜੇ ਜੀਵਨ ਨਗਰ ਹੈ, ਸਰਸਾ ਦੇ ਨੇੜੇ ਹੈ, ਬਟ ਮੇਨ ਹੈਗਾ ਭੈਣੀ ਸਾਹਿਬ, ਠੀਕ ਹੈ ਜੀ। ਤਾਂ ਇਹ ਲਹਿਰ ਦੇ ਨਾਲ ਜਿਹੜੇ ਸੰਬੰਧਿਤ ਭਗਤ ਸੀਗੇ ਰਾਜੇ, ਭਗਤੀ ਕਰਨ ਸਮੇਂ ਉੱਚੀ ਉੱਚੀ ਕੂਕਾਂ ਮਾਰਦੇ, ਤਾਂ ਕਰਕੇ ਇਹਨਾਂ ਨੂੰ ਕੀ ਕਹਿ ਦਿੰਦੇ ਆ, ਕੂਕੇ, ਤੇ ਅੱਜ ਕੱਲ੍ਹ ਇਹਨਾਂ ਨੂੰ ਕੀ ਕਹਿ ਦਿੰਦੇ ਆ, ਨਾਮਧਾਰੀਏ, ਠੀਕ ਹੈ। ਤਾਂ ਇਹ ਲਹਿਰ ਸੀਗੀ ਜੀ, ਨਾਮਧਾਰੀ ਲਹਿਰ ਤੇ ਕੂਕਾ ਲਹਿਰ, ਸਭ ਕੁਝ ਯਾਦ ਰੱਖਣਾ। ਤਾਂ ਨੈਕਸਟ ਮੂਵ ਕਰਦੇ ਹਾਂ ਜੀ ਆਪਾਂ। ਹਾਂਜੀ, ਨੈਕਸਟ ਜਿਹੜੀ ਲਹਿਰ ਆਪਾਂ ਕਰਨ ਜਾ ਰਹੇ ਰਾਜੇ, ਉਹ ਹੈਗੀ ਸਿੰਘ ਸਭਾ ਲਹਿਰ। ਸਿੰਘ ਸਭਾ ਲਹਿਰ ਦੇਖੋ, ਇਸ ਤੋਂ ਪਹਿਲਾਂ ਦੇਖੋ ਜਿਹੜੀਆਂ ਲਹਿਰਾਂ ਆਈਆਂ ਨੇ ਰਾਜੇ, ਉਹਨਾਂ ਨੇ ਬਹੁਤ ਜ਼ਿਆਦਾ ਵਧੀਆ ਰੋਲ ਅਦਾ ਕੀਤੇ ਨੇ, ਬਟ ਉਹ ਪੂਰਨ ਸਫਲ ਨਹੀਂ ਹੋ ਸਕੀਆਂ। ਤਾਂ ਉਹਦੇ ਵਿੱਚ ਮਿਕਸ ਸੀਗਾ, ਕੁਝ ਸਿੱਖਾਂ ਦੀਆਂ ਲਹਿਰਾਂ ਸੀਗੀਆਂ, ਕੁਝ ਸਿੱਖ ਤੇ ਹਿੰਦੂ ਧਰਮ ਦੀਆਂ ਮਿਕਸ ਸੀਗੀਆਂ। ਬਟ ਇਸ ਤੋਂ ਬਾਅਦ ਜਿਹੜੀ ਸਿੱਖਾਂ ਦੀ ਇੱਕ ਲਹਿਰ ਆਉਂਦੀ ਹੈ ਰਾਜੇ, ਜਿਹਨੂੰ ਕਹਿ ਦਿੰਦੇ ਆ ਸਿੰਘ ਸਭਾ ਲਹਿਰ, ਠੀਕ ਹੈ। ਇਹ ਕਾਫੀ ਇੰਪੋਰਟੈਂਟ ਹੈ ਤੁਹਾਡੇ ਐਗਜ਼ਾਮ ਵਾਸਤੇ। ਇਹਦਾ ਕਾਰਨ ਕੀ ਬਣਦਾ, ਕਿਉਂਕਿ ਸਿੱਖਾਂ ਦੇ ਜਿਹੜੇ ਧਰਮ ਦੇ ਵਿੱਚ ਵੀ ਬਹੁਤ ਸਾਰੀਆਂ ਕਰਹਿਤਾਂ ਆ ਗਈਆਂ ਸੀਗੀਆਂ, ਤਾਂ ਕਾਫੀ ਚਿੰਤਾ ਹੋਣੀ ਸ਼ੁਰੂ ਹੋ ਗਈ ਸੀਗੀ ਜਿਹੜੇ ਵਿਦਵਾਨ ਸੀਗੇ, ਸਿੱਖ ਵਿਦਵਾਨ ਸੀਗੇ। ਮੇਨ ਜਿਹੜਾ ਕੰਮ ਹੋਇਆ ਸੀ ਰਾਜੇ, ਜਦੋਂ 1849 ਈਸਵੀ ਦੇ ਵਿੱਚ ਕਹਿੰਦੇ ਜੀ ਪੰਜਾਬ ਨੂੰ ਜਦੋਂ ਆਪਾਂ ਜਿਹੜਾ ਈਸਟ ਇੰਡੀਆ ਕੰਪਨੀ ਨੇ ਕੀ ਕਰ ਲਿਆ ਸੀ ਰਾਜੇ, ਤੇ ਮਤਲਬ ਕਿ ਕਬਜ਼ਾ ਕਰ ਲਿਆ ਸੀਗਾ, ਉਹਨਾਂ ਨੇ ਕੀ ਕੀਤਾ ਸੀਗਾ, ਸਾਈ ਧਰਮ ਦਾ ਪ੍ਰਚਾਰ ਕਰਨਾ ਸ਼ੁਰੂ ਕਰਤਾ ਸੀਗਾ। ਉਹਨਾਂ ਨੇ ਆਪਣੀ ਜਿਹੜੀਆਂ ਗਤੀਵਿਧੀਆਂ ਹੈਗੀਆਂ ਤੇਜ਼ ਕਰਤੀਆਂ, ਕਿਉਂਕਿ ਉਹਨਾਂ ਨੂੰ ਪਤਾ ਸੀਗਾ ਉਹਨਾਂ ਕੋਲ ਉਸ ਟਾਈਮ ਤੇ ਰਿਸੋਰਸ ਵੀ ਸੀਗੇ, ਤੇ ਪਲੱਸ ਉਹਨਾਂ ਕੋਲ ਕੀ ਸੀਗਾ ਮਤਲਬ ਕਿ ਪੈਸਾ ਵੀ ਸੀਗਾ। ਕਹਿੰਦੇ ਜੀ ਸਿੱਖਾਂ ਨੂੰ ਕਹਿੰਦਾ ਧਰਮ ਪਰਿਵਰਤਨ ਕਰਕੇ ਈਸਾਈ ਬਣਾਇਆ ਜਾ ਰਿਹਾ ਸੀਗਾ। ਇਸ ਦੀ ਪਹਿਲ ਕਹਿੰਦਾ 1853 ਈਸਵੀ ਵਿੱਚ ਹੋ ਗਈ ਸੀ, ਜਦੋਂ ਮਹਾਰਾਜਾ ਦਲੀਪ ਸਿੰਘ ਜੀ ਨੇ ਧਰਮ ਪਰਿਵਰਤਨ ਕੀਤਾ ਸੀਗਾ। ਤਾਂ ਮਹਾਰਾਜਾ ਦਲੀਪ ਸਿੰਘ ਜੀ ਨੇ, ਤੁਹਾਨੂੰ ਮੈਂ ਦੱਸਿਆ ਲਾਸਟ ਵੀਡੀਓ 'ਚ ਕਰਾਇਆ ਸੀ, ਕੇਸ ਕਤਲ ਕਰਵਾਤੇ ਸੀਗੇ। ਕਹਿਣ ਦਾ ਮਤਲਬ ਉਹ ਵੀ ਈਸਾਈ ਧਰਮ ਦੇ ਵਿੱਚ ਚਲੇ ਗਏ ਸੀ, ਆਪਣਾ ਧਰਮ ਉਹਨਾਂ ਨੇ ਕੀ ਕਰਤਾ ਸੀ, ਛੱਡਤਾ ਸੀਗਾ। ਬਟ ਜਿਹੜਾ ਮੇਨ ਇਫੈਕਟ ਪੈਂਦਾ ਰਾਜੇ, ਇੱਕ ਮੇਨ ਇਫੈਕਟ ਇਹ ਪੈਂਦਾ ਇਹਦੇ ਵਿੱਚ, ਅੰਮ੍ਰਿਤਸਰ ਦਾ ਜਿਹੜਾ ਇੱਕ ਮਿਸ਼ਨ ਸਕੂਲ ਹੁੰਦਾ, ਮਿਸ਼ਨਰੀ ਸਕੂਲ ਹੁੰਦਾ, ਉਹਦੇ 4 ਵਿਦਿਆਰਥੀ ਹੁੰਦੇ ਆ, ਅਯਾ ਸਿੰਘ, ਅਤਰ ਸਿੰਘ, ਸਾਧੂ ਸਿੰਘ ਤੇ ਸੰਤੋਖ ਸਿੰਘ। ਨਾਮ ਯਾਦ ਰੱਖਣ ਦੀ ਜ਼ਰੂਰਤ ਨਹੀਂ ਹੈਗੀ। ਇਹ ਜਦੋਂ ਸਿੱਖ ਧਰਮ ਪਰਿਵਰਤਨ ਹੋ ਜਾਂਦਾ ਜੀ, ਈਸਾਈ ਬਣ ਜਾਂਦੀ ਹੈ, ਤਾਂ ਸਿੱਖਾਂ ਨੂੰ ਬਹੁਤ ਵੱਡਾ ਝਟਕਾ ਲੱਗਦਾ, ਸਿੱਖ ਵਿਦਵਾਨਾਂ ਨੂੰ ਬਹੁਤ ਵੱਡਾ ਝਟਕਾ ਲੱਗਦਾ, ਜਿਹਦੇ ਝਟਕੇ ਲੱਗਣ ਕਾਰਨ ਕਰਕੇ ਹੀ ਸਿੰਘ ਸਭਾ ਲਹਿਰ ਦਾ ਕੀ ਹੁੰਦਾ, ਜਨਮ ਹੁੰਦਾ। ਤਾਂ ਚਲੋ ਆਪਾਂ ਦੇਖਦੇ ਹਾਂ, ਕਹਿਣ ਦਾ ਮਤਲਬ ਕੀ ਸੀਗਾ ਕਿ ਡੇ ਬਾਈ ਡੇ ਜਿਹੜਾ ਈਸਾਈ ਧਰਮ ਸੀਗਾ, ਉਹ ਆਪਣੇ ਜਿਹੜੇ ਪੈਰ ਪ੍ਰਸਾਰ ਰਿਹਾ ਸੀ ਪੰਜਾਬ ਦੇ ਵਿੱਚ, ਤੇ ਬਾਕੀ ਧਰਮਾਂ ਨੂੰ ਕੀ ਕਰ ਰਿਹਾ ਸੀ, ਕਮਜ਼ੋਰ ਕਰ ਰਿਹਾ ਸੀਗਾ। ਤਾਂ ਇਸੇ ਕਾਰਨਾਂ ਕਰਕੇ ਇਹ ਲਹਿਰ ਆਈ ਸੀਗੀ, ਸਿੰਘ ਸਭਾ ਲਹਿਰ। ਤਾਂ ਗੱਲ ਕਰਦੇ ਹਾਂ ਜੀ, ਕਹਿੰਦਾ ਇਸ ਤੋਂ ਪਹਿਲਾਂ ਭਾਵੇਂ ਨਨਕਾਰੀ ਲਹਿਰ ਆਈ ਹੈ ਜਾਂ ਕੁਝ ਸਮਾਜ ਸੁਧਾਰਕ ਲਹਿਰਾਂ ਆਈਆਂ ਨੇ ਜਿਨ੍ਹਾਂ ਨੇ ਸਿੱਖਾਂ ਦੇ ਹਿੱਤਾਂ ਵਾਸਤੇ ਕਾਫੀ ਕੰਮ ਕੀਤਾ, ਬਟ ਕਈ ਕਾਰਨਾਂ ਕਰਕੇ ਉਹ ਨਾ ਸਫਲ ਨਹੀਂ ਹੋ ਸਕੀਆਂ ਗਈਆਂ। ਤੁਹਾਨੂੰ ਦੱਸਿਆ ਗਿਆ ਕਿਹੜੇ ਕਿਹੜੇ ਕਾਰਨ ਸੀਗੇ। ਤਾਂ ਨੈਕਸਟ ਗੱਲ ਕਰਦੇ ਹਾਂ ਜੀ ਆਪਾਂ, ਇਸ ਸਥਿਤੀ ਤੋਂ ਉਭਰਨ ਵਾਸਤੇ ਉਹਨਾਂ ਨੇ ਕੀਤਾ ਕੀ ਹੈ ਜੀ, 28 ਜੁਲਾਈ 1873 ਨੂੰ ਇੱਕ ਸਰਦਾਰ ਸੀਗੇ ਠਾਕੁਰ ਸਿੰਘ ਸੰਧਾਵਾਲੀਆ। ਤਾਂ ਨਾਮ ਕਾਫੀ ਇੰਪੋਰਟੈਂਟ ਹੈ ਰਾਜੇ, ਠਾਕੁਰ ਸਿੰਘ ਸੰਧਾਵਾਲੀਆ ਜੀ ਨੇ ਕੀ ਕੀਤਾ, ਅੰਮ੍ਰਿਤਸਰ ਵਿਖੇ ਨਾ ਇੱਕ ਇਕੱਠ ਬੁਲਾਇਆ, ਜਿਹਦੇ ਵਿੱਚ ਸਾਰੀਆਂ ਸੰਪਰਦਾਵਾਂ ਹੋ ਗਈਆਂ, ਧਰਮ ਧਾਮਾਂ ਦੇ ਪ੍ਰਤੀਨਿਧ ਹੋ ਗਏ ਜਾਂ ਵਿਦਵਾਨ ਹੋ ਗਏ, ਉਹਨਾਂ ਦਾ ਸਾਂਝਾ ਇਕੱਠ ਕੀਤਾ, ਠੀਕ ਹੈ ਜੀ। ਉਹਨਾਂ ਸਾਰਿਆਂ ਨੂੰ ਮਤਲਬ ਕਿ ਇੱਕ ਇਨਵੀਟੇਸ਼ਨ ਦਿੱਤਾ ਵੀ ਆਪਾਂ ਸਾਰਿਆਂ ਨੇ ਇਕੱਠੇ ਹੋਈਏ ਵੀ ਆਪਾਂ ਕੁਝ ਕਰ ਸਕੀਏ ਇਹਦੇ ਵਰਖਲਾਫ। ਤਾਂ ਇਹਨਾਂ ਨੇ ਕੀਤਾ ਕਿ ਰਾਜੇ ਜਿਹੜੀ ਮੇਨ ਡੇਟ ਯਾਦ ਰੱਖਣੀ ਹੈ ਤੁਸੀਂ, ਆਹ ਯਾਦ ਰੱਖਣੀ ਹੈ 1 ਅਕਤੂਬਰ, ਠੀਕ ਹੈ ਜੀ। 1 ਅਕਤੂਬਰ 1873 ਐਗਜ਼ਾਮ 'ਚ ਪੁੱਛੀ ਜਾਊਗੀ। 1 ਅਕਤੂਬਰ 1873 ਈਸਵੀ ਨੂੰ ਮੰਜੀ ਸਾਹਿਬ ਜਿਹੜਾ ਅੰਮ੍ਰਿਤਸਰ ਵਿਖੇ ਦੀਵਾਨ ਹਾਲ ਹੈ, ਉੱਥੇ ਸਰਬਸੰਮਤੀ ਨਾਲ ਇਹਨਾਂ ਨੇ ਕੀ ਕੀਤਾ, ਇੱਕ ਸ਼੍ਰੀ ਗੁਰੂ ਸਿੰਘ ਸਭਾ, ਧਿਆਨ ਦੇ ਨਾਲ ਮੈਂ ਹਜੇ ਇਕੱਲੀ ਸਿੰਘ ਸਭਾ ਦੀ ਗੱਲ ਨਹੀਂ ਕਰ ਰਿਹਾ, ਸ਼੍ਰੀ ਗੁਰੂ ਸਿੰਘ ਸਭਾ ਦਾ ਉਦਘਾਟਨ ਕੀਤਾ, ਜਾਂ ਸ਼੍ਰੀ ਗੁਰੂ ਸਿੰਘ ਸਭਾ ਦਾ ਕੀ ਕੀਤਾ, ਸਥਾਪਨਾ ਕੀਤੀ। ਤਾਂ ਯਾਦ ਰੱਖਣਾ, ਠੀਕ ਹੈ, ਮੇਨ ਇੰਪੋਰਟੈਂਟ ਚੀਜ਼ ਹੈ ਇਤਿਹਾਸ ਦੇ ਵਿੱਚ, ਇਹਦਾ ਬਹੁਤ ਜ਼ਿਕਰ ਆਊਗਾ। 1 ਅਕਤੂਬਰ 1873, ਤੇ ਬਾਅਦ ਵਿੱਚ ਇਹਨੂੰ ਮਤਲਬ ਕਿ ਜਿਹੜਾ ਐਕਟ 1860 ਉਹਦੇ ਅਧੀਨ ਕੀ ਕੀਤਾ ਗਿਆ, ਰਜਿਸਟਰ ਵੀ ਕੀਤਾ ਗਿਆ। ਤਾਂ ਇਸ ਸ਼੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਦਾ ਗਠਨ ਹੋਇਆ। ਤਾਂ ਨਾਲ ਵਰਡ ਮੈਂ ਅੰਮ੍ਰਿਤਸਰ ਰੱਖ ਰਿਹਾ, ਕਿਉਂ ਰੱਖ ਰਿਹਾ, ਕਿਉਂ ਲਿਖ ਰਿਹਾ ਇਹ, ਕਿਉਂਕਿ ਅੱਗੇ ਜਾ ਕੇ ਇੱਕ ਸ਼੍ਰੀ ਗੁਰੂ ਸਿੰਘ ਸਭਾ ਆਊਗੀ, ਲਾਹੌਰ ਵਾਲੀ ਵੀ ਆਊਗੀ, ਬਟ ਜਿਹੜੀ ਇਹ ਹੈਗੀ ਹੈ ਇਹ ਕਿਹੜੀ ਹੈ, ਅੰਮ੍ਰਿਤਸਰ ਵਾਲੀ। ਤਾਂ ਯਾਦ ਰੱਖਿਓ ਬੰਦਾ ਕੌਣ ਸੀਗਾ, ਠਾਕੁਰ ਸਿੰਘ ਸੰਧਾਵਾਲੀਆ। ਉਹਨੇ ਸਾਰੇ ਬੰਦਿਆਂ ਨੂੰ ਬੁਲਾਇਆ, ਇਕੱਠ ਕੀਤਾ, ਉੱਥੇ ਕੀ ਹੋਇਆ, ਵਿਚਾਰ ਵਟਾਂਦਰਾ ਹੋਇਆ। ਤਾਂ ਇਹਨਾਂ ਨੇ ਸਾਰਿਆਂ ਨੇ ਸਰਬਸੰਮਤੀ ਨਾਲ ਕੀ ਕੀਤਾ, ਇੱਕ ਸੰਸਥਾ ਬਣਾਈ, ਉਹਦਾ ਨਾਮ ਕੀ ਰੱਖਿਆ ਗਿਆ, ਸ਼੍ਰੀ ਗੁਰੂ ਸਿੰਘ ਸਭਾ। ਤੇ ਬਾਅਦ ਵਿੱਚ ਇਹਨੂੰ 1860 ਜਿਹੜਾ ਐਕਟ ਹੈਗਾ ਉਹਦੇ ਅਧੀਨ ਕੀ ਕੀਤਾ ਗਿਆ, ਰਜਿਸਟਰ ਕੀਤਾ ਗਿਆ। ਤਾਂ ਕਹਿਣ ਦਾ ਮਤਲਬ ਅੰਮ੍ਰਿਤਸਰ ਦੀ ਕੀ ਹੋ ਗਈ, ਇੱਕ ਸ਼੍ਰੀ ਗੁਰੂ ਸਿੰਘ ਸਭਾ ਬਣ ਗਈ ਹੈ। ਤਾਂ ਚਲੋ ਜੀ ਆਪਾਂ ਨੈਕਸਟ ਮੂਵ ਕਰਦੇ ਹਾਂ। ਜਦੋਂ ਇਹ ਬਣ ਗਈ ਹੈ ਰਾਜੇ, ਇਹਦਾ ਜਿਹੜਾ
1 ਜਾਂ 2 ਨਵੰਬਰ ਇਤਿਹਾਸ ਦੇ ਵਿੱਚ ਜੇਕਰ ਰਾਜੇ 1 ਵੀ ਆਉਂਦਾ 2 ਵੀ ਆਉਂਦਾ ਤੁਹਾਡੇ ਐਗਜ਼ਾਮ ਵਾਸਤੇ ਤੁਸੀਂ ਦੋਨੇ ਡੇਟ ਯਾਦ ਰੱਖ ਲੈਣੀ ਆ 1 ਜਾਂ 2 ਨਵੰਬਰ 1879 ਨੂੰ ਕਹਿੰਦਾ ਸਿੰਘ ਸਭਾ ਲਾਹੌਰ ਦੀ ਸਥਾਪਨਾ ਕੀਤੀ। ਦੇਖੋ ਦੋ ਸਿੰਘ ਸਭਾ ਬਣ ਗਈਆਂ, ਇੱਕ ਸ਼੍ਰੀ ਗੁਰੂ ਸਿੰਘ ਸਭਾ ਅੰਮ੍ਰਿਤਸਰ ਤੇ ਇੱਕ ਸ਼੍ਰੀ ਗੁਰੂ ਸਿੰਘ ਸਭਾ ਲਾਹੌਰ ਵਾਲੀ, ਦੋਨੇ ਯਾਦ ਰੱਖਣੀਆਂ। ਬਾਅਦ ਵਿੱਚ ਅੱਗੇ ਜਾ ਕੇ ਇਹ ਮਿਕਸ ਵੀ ਹੋ ਜਾਣਗੀਆਂ, ਬਟ ਫਿਲਹਾਲ ਦੀ ਘੜੀ ਦੋਨੇ ਕੀ ਆ ਵੱਖਰੀਆਂ ਵੱਖਰੀਆਂ। ਤਾਂ ਦੂਜੀ ਜਿਹੜੀ ਹੈਗੀ ਆ, ਪਹਿਲੀ ਹੈਗੀ ਆ ਜੀ ਜਿਹੜਾ ਆਪਣਾ ਸੰਧਾ ਵਾਲੀ ਆ, ਤੇ ਦੂਜਾ ਕੌਣ ਹੈ ਜੀ? ਪ੍ਰੋਫੈਸਰ ਗੁਰਮੁਖ ਸਿੰਘ। ਤਾਂ ਅੱਗੇ ਗੱਲ ਕਰਦੇ ਆ ਜੀ, ਜਿਹੜੀ ਲਾਹੌਰ ਵਾਲੀ ਬਣੀ ਹੈ ਇਹਦਾ ਪ੍ਰਧਾਨ ਕੌਣ ਬਣਿਆ? ਦੀਵਾਨ ਬੂਟਾ ਸਿੰਘ ਬਣਿਆ। ਤੇ ਸੈਕਟਰੀ ਕੌਣ ਬਣਿਆ, ਸਕੱਤਰ ਕੌਣ ਬਣਿਆ? ਪ੍ਰੋਫੈਸਰ ਗੁਰਮੁਖ ਸਿੰਘ ਜੀ ਬਣੇ ਆ। ਵੈਸੇ ਕਦੇ ਆ ਪੁੱਛਿਆ ਨਹੀਂ ਗਿਆ, ਦੀਵਾਨ ਬੂਟਾ ਸਿੰਘ ਨਹੀਂ ਪੁੱਛਿਆ ਗਿਆ, ਬਟ ਫਿਰ ਵੀ ਤੁਸੀਂ ਯਾਦ ਰੱਖ ਲੈਣਾ ਐਗਜ਼ਾਮ ਵਾਸਤੇ, ਕਿਉਂਕਿ ਡੇ ਬਾਈ ਡੇ ਜਿਹੜਾ ਐਗਜ਼ਾਮ ਦਾ ਲੈਵਲ ਹੈ ਰਾਜੇ ਅੱਪ ਹੋ ਰਿਹਾ। ਤਾਂ ਗੁਰਮੁਖ ਸਿੰਘ ਜੀ ਬਣ ਗਏ 71। ਇਸ ਤੋਂ ਬਾਅਦ ਕਹਿੰਦਾ ਜੀ ਕੁਝ ਸਮੇਂ ਤੱਕ ਕੀ ਕਰਦੇ ਜੀ? ਲਾਹੌਰ ਤੇ ਜਿਹੜੀ ਅੰਮ੍ਰਿਤਸਰ ਦੀਆਂ ਦੋਵੇਂ ਜਿਹੜੀਆਂ ਸਭਾਵਾਂ ਹੈਗੀਆਂ ਨੇ ਇੱਕ ਦੂਜੇ ਦੇ ਪੈਰਲਲ ਕੀ ਕਰਦੀਆਂ ਨੇ, ਕੰਮ ਕਰਦੀਆਂ ਰਹਿੰਦੀਆਂ। ਪਰ ਜਿਹੜੇ ਕੁਝ ਸਿਆਣੇ ਬੰਦੇ ਹੁੰਦੇ ਆ ਉਹ ਕਹਿੰਦੇ ਵੀ ਤੁਹਾਡੇ ਦੋਵਾਂ ਦਾ ਮਕਸਦ ਤਾਂ ਇੱਕੋ ਹੀ ਹੈ, ਫਿਰ ਤੁਸੀਂ ਵੱਖਰੇ ਵੱਖਰੇ ਕੰਮ ਕਿਉਂ ਕਰ ਰਹੇ ਆ? ਤਾਂ ਕੁਝ ਸਿਆਣੇ ਤੇ ਜਿਹੜੇ ਸੁਲਝੇ ਹੋਏ ਵਿਦਵਾਨ ਨੇ ਉਹਨਾਂ ਨੇ ਕੀ ਕੀਤਾ? ਦੋਵਾਂ ਸਭਾਵਾਂ ਨੂੰ ਕੀ ਕਰਤਾ? ਮਿਲ ਕੇ ਇੱਕ ਸਾਂਝੀ ਇਕੱਠੀ ਸਭਾ ਬਣਾਈ ਹੈ। ਉਹ ਸਭਾ ਦਾ ਨਾਮ ਕੀ ਹੈ? ਸ਼੍ਰੀ ਗੁਰੂ ਸਿੰਘ ਸਭਾ ਜਰਨਲ। ਤਾਂ ਮੇਨ ਇੰਪੋਰਟੈਂਟ ਪੁਆਇੰਟ ਹੈ, ਪਹਿਲਾਂ ਕੀ ਸੀਗਾ? ਸਿੰਘ ਸਭਾ ਕਿਹੜੀ ਆਈ? ਅੰਮ੍ਰਿਤਸਰ ਵਾਲੀ ਆਈ ਹੈ, ਫਿਰ ਸਿੰਘ ਸਭਾ ਲਾਹੌਰ ਵਾਲੀ ਆਈ ਹੈ। ਦੋਨਾਂ ਦੇ ਮੈਂ ਚੇਅਰਮੈਨ ਕਰਵਾਤੇ, ਸੈਕਟਰੀ ਕਰਾਤੇ, ਦੋਨੇ ਬਾਅਦ ਵਿੱਚ ਕੀ ਹੋ ਗਿਆ? ਮਿਕਸ ਹੋ ਗਈਆਂ। ਬੰਦੇ ਕਹਿੰਦੇ ਤੁਹਾਡਾ ਉਦੇਸ਼ ਵੀ ਇੱਕ ਹੀ ਹੈ, ਤੁਹਾਡੇ ਸਿਧਾਂਤ ਵੀ ਇੱਕੋ ਹੀ ਆ, ਫਿਰ ਤੁਸੀਂ ਵੱਖਰੇ ਵੱਖਰੇ ਕੰਮ ਕਿਉਂ ਕਰਦੇ ਆ? ਕਿਉਂਕਿ ਸਿਆਣੇ ਕਹਿੰਦੇ ਕਿ ਇੱਕ ਤੋਂ ਇੱਕ ਕੀ ਹੁੰਦੇ? 11 ਹੁੰਦੇ, ਵੀ ਤੁਸੀਂ ਇਕੱਠੇ ਹੋ ਜਾਓ ਤਾਂ ਇਕੱਠੇ ਹੋ ਜਾਂਦੇ ਆ। ਇਹਦਾ ਨਾਮ ਕੀ ਹੈ? ਇੱਕ ਨਵੀਂ ਸਿੰਘ ਸਭਾ ਆਉਂਦੀ ਹੈ, ਉਹਦਾ ਨਾਮ ਰੱਖਿਆ ਜਾਂਦਾ ਸ਼੍ਰੀ ਗੁਰੂ ਸਿੰਘ ਸਭਾ ਜਰਨਲ ਕਾਇਮ ਕੀਤਾ ਜਾਂਦਾ ਹੈ। ਬਟ ਇਹ ਵੀ ਕੀ ਹੈ, ਬਹੁਤੀ ਦੇਰ ਚੱਲ ਨਹੀਂ ਸਕਦੀ ਕਿਉਂਕਿ ਪ੍ਰਧਾਨਗੀਆਂ ਮਾਰ ਜਾਂਦੀਆਂ ਆਪਾਂ ਨੂੰ, ਠੀਕ ਹੈ? ਤਾਂ ਅੱਗੇ ਗੱਲ ਕਰਦੇ ਹਾਂ ਜੀ ਆਪਾਂ। ਇਸ ਤੋਂ ਬਾਅਦ ਕੀ ਹੁੰਦਾ ਜੀ? ਜਦੋਂ ਇਹ ਚੱਲਦੀ ਨਹੀਂ ਤਾਂ ਇਸ ਤੋਂ ਬਾਅਦ ਇੱਕ ਨਵੀਂ ਸੰਸਥਾ ਹੋਣ ਦੇ ਵਿੱਚ ਆਉਂਦੀ ਹੈ, ਉਹਦਾ ਨਾਮ ਹੈਗਾ ਜੀ ਖਾਲਸਾ ਦੀਵਾਨ। ਹਜੇ ਚੀਫ ਖਾਲਸਾ ਦੀ ਗੱਲ ਨਹੀਂ ਮੈਂ ਕਰ ਰਿਹਾ, ਸਿਰਫ ਖਾਲਸਾ ਦੀਵਾਨ ਦੀ ਗੱਲ ਕਰ ਰਿਹਾ। ਇਹ ਵੀ ਖਾਲਸਾ ਦੀਵਾਨ ਕਿਹੜੀ ਹੈ? ਅੰਮ੍ਰਿਤਸਰ ਵਾਲੀ। ਤਾਂ ਖਾਲਸਾ ਦੀਵਾਨ ਅੰਮ੍ਰਿਤਸਰ ਵਾਲੀ ਕੀ ਆ ਜਾਂਦੀ ਹੈ? ਹੋਣ ਦੇ ਵਿੱਚ ਆਉਂਦੀ ਹੈ ਇਹਨਾਂ ਤੋਂ ਬਾਅਦ। ਤਾਂ ਇਸ ਤੋਂ ਬਾਅਦ ਆਪਾਂ ਗੱਲ ਕਰੀਏ, ਪਰ ਕਹਿੰਦਾ ਜੀ ਵਿਤਕਰੇ ਫਿਰ ਵੀ ਨਹੀਂ ਮਿਟ ਸਕੇ ਇਹਨਾਂ ਦੇ, ਫਿਰ ਵੀ ਵਿਤਕਰੇ ਨਹੀਂ ਮਿਟਦੇ ਕਿ ਅੱਗੇ ਜਾ ਕੇ ਹੁੰਦਾ ਕੀ ਹੈ? ਅੱਗੇ ਜਾ ਕੇ ਕਹਿੰਦਾ ਜੀ ਅਖੀਰ ਅਪ੍ਰੈਲ 1880, ਡੇਟ ਯਾਦ ਰੱਖਣੀ ਹੈ ਮੈਂ, ਦੇਖੋ ਸਪੈਸ਼ਲ ਹਾਈਲਾਈਟ ਕੀਤੀ ਹੈ। ਅਖੀਰ 1880 ਨੂੰ ਕਹਿੰਦਾ ਜੀ ਸਿੰਘ ਸਭਾ ਅੰਮ੍ਰਿਤਸਰ ਵਾਲਿਆਂ ਨੇ ਕੀ ਕਹਿੰਦਾ ਜੀ ਆਪਣੀ ਸਭਾ ਦਾ ਨਾਮ ਬਦਲ ਲਿਆ। ਤਾਂ ਕੀ ਰੱਖ ਲਿਆ ਜੀ? ਖਾਲਸਾ ਦੀਵਾਨ ਅੰਮ੍ਰਿਤਸਰ ਰੱਖ ਲਿਆ। ਤਾਂ ਯਾਦ ਰੱਖ ਲਿਓ, ਅੰਮ੍ਰਿਤਸਰ ਵਾਲਿਆਂ ਨੇ ਕੀ ਰੱਖ ਲਿਆ? ਨਾਮ ਖਾਲਸਾ ਦੀਵਾਨ ਅੰਮ੍ਰਿਤਸਰ ਰੱਖ ਲਿਆ, ਤੇ ਦੂਜਿਆਂ ਨੇ ਅਲੱਗ ਹੋ ਗਏ, ਉਹ ਅਲੱਗ ਹੋ ਜਾਣਗੇ, ਠੀਕ ਹੈ? ਮਤਲਬ ਇੱਥੇ ਹਜੇ ਇਕੱਠੇ ਨੇ ਦੋਨੇ, ਬਟ ਅੰਮ੍ਰਿਤਸਰ ਵਾਲੇ ਕੀ ਹੋ ਗਏ? ਵੱਖਰੇ ਹੋ ਗਏ, ਉਹਨਾਂ ਨੇ ਰੱਖ ਲਿਆ ਖਾਲਸਾ ਦੀਵਾਨ ਅੰਮ੍ਰਿਤਸਰ ਰੱਖ ਲਿਆ ਅਪ੍ਰੈਲ 1880 ਨੂੰ। ਤਾਂ ਕਲੀਅਰ ਹੈ ਜੀ? ਅੱਗੇ ਗੱਲ ਕਰਦੇ ਹਾਂ ਆਪਾਂ। ਤਾਂ ਕਹਿੰਦਾ ਜੀ ਇਹਨਾਂ ਨੇ ਜਦੋਂ ਉਹ ਵੱਖਰੇ ਹੋ ਗਏ ਆ, ਇਹ ਵੀ ਵੱਖਰੇ ਹੋ ਗਏ, ਤਾਂ ਇਹਨਾਂ ਨੇ ਸੰਨ 1886 ਈਸਵੀ ਨੂੰ ਕਹਿੰਦਾ ਜੀ ਸਿੰਘ ਸਭਾ ਲਾਹੌਰ ਵਾਲਿਆਂ ਨੇ ਵੀ ਕੀ ਰੱਖ ਲਿਆ? ਖਾਲਸਾ ਦੀਵਾਨ ਲਾਹੌਰ ਰੱਖ ਲਿਆ। ਤਾਂ ਪਹਿਲਾਂ ਤਾਂ ਉਹਨਾਂ ਨੇ ਸਿੰਘ ਸਭਾ ਸ਼੍ਰੀ ਗੁਰੂ ਸਿੰਘ ਸਭਾ ਰੱਖਿਆ, ਉਹਨਾਂ ਨੇ ਵੀ ਰੱਖ ਲਿਆ, ਅੰਮ੍ਰਿਤਸਰ ਵਾਲਿਆਂ ਨੇ ਲਾਹੌਰ ਨੇ ਵੀ ਰੱਖ ਲਿਆ, ਫਿਰ ਇਕੱਠੇ ਹੋ ਗਏ, ਇਕੱਠੇ ਹੋ ਕੇ ਜਰਨਲ ਬਣਾਈ, ਜਰਨਲ ਤੋਂ ਫਿਰ ਨਹੀਂ ਗੱਲ ਬਣੇਗੀ, ਫਿਰ ਵੱਖਰੇ ਵੱਖਰੇ ਹੋ ਗਏ, ਫਿਰ ਨਾਮ ਬਦਲਦੇ, ਕੀ ਰੱਖ ਲਿਆ ਇਹਨਾਂ ਨੇ? ਰੱਖ ਲਿਆ ਜੀ ਖਾਲਸਾ ਦੀਵਾਨ ਲਾਹੌਰ, ਤੇ ਉਹਨਾਂ ਨੇ ਖਾਲਸਾ ਦੀਵਾਨ ਅੰਮ੍ਰਿਤਸਰ ਰੱਖ ਲਿਆ। ਤੇ ਦੋਨੇ ਫਿਰ ਵੱਖਰੇ ਵੱਖਰੇ ਹੋ ਗਏ। ਤਾਂ ਵੱਖਰੇ ਵੱਖਰੇ ਹੋ ਗਏ ਜੀ, ਇਹਨਾਂ ਦਾ ਜਿਹੜਾ ਪ੍ਰਧਾਨ ਬਣਿਆ ਕੌਣ ਬਣਿਆ? ਲਾਹੌਰ ਵਾਲਿਆਂ ਦਾ ਪ੍ਰਧਾਨ ਬਣਿਆ ਅਤਰ ਸਿੰਘ, ਤੇ ਸਕੱਤਰ ਕੌਣ ਬਣੇ ਨੇ? ਗੁਰਮੁਖ ਸਿੰਘ ਜੀ, ਪ੍ਰੋਫੈਸਰ ਗੁਰਮੁਖ ਸਿੰਘ ਜੀ, ਸੇਮ ਉਹੀ ਜਿਹੜੇ ਚੱਲਦੇ ਆ ਰਹੇ ਆ। ਤਾਂ ਇਸ ਤੋਂ ਬਾਅਦ ਗੱਲ ਕਰਦੇ ਆ ਜੀ ਇਹਨਾਂ ਦਾ ਜਿਹੜਾ ਮੇਨ ਖਾਸ ਯੋਗਦਾਨ ਆ, ਜਿਹੜਾ ਬੰਦਾ ਪੜਿਆ ਲਿਖਿਆ ਸੀਗਾ ਗੁਰਮੁਖ ਸਿੰਘ ਜੀ, ਇਹਨਾਂ ਨੇ ਨਾ ਵਿਦਿਅਕ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤੇ, ਬਹੁਤ ਵਿਸ਼ੇਸ਼ ਕੰਮ ਕੀਤੇ। ਸਭ ਤੋਂ ਪਹਿਲਾ ਕੰਮ ਕੀ ਕੀਤਾ ਇਹਨੇ? ਸਭ ਤੋਂ ਪਹਿਲਾ ਕੰਮ ਇਹਨੇ ਓਰੀਐਂਟਲ ਕਾਲਜ ਜਿਹੜਾ ਲਾਹੌਰ ਸੀਗਾ ਉੱਥੇ ਨਾ ਪੰਜਾਬੀ ਨਹੀਂ ਪੜ੍ਹਾਈ ਜਾਂਦੀ ਸੀਗੀ, ਤੇ ਇਹਨੇ ਉੱਥੇ ਗੁਰਮੁਖੀ ਦੀ ਪੜ੍ਹਾਈ ਸ਼ੁਰੂ ਕਰਵਾਉਂਦਾ ਹੈ। ਤਾਂ ਇਸ ਤੋਂ ਬਾਅਦ ਜਿਹੜੀ ਮੇਨ ਚੀਜ਼ ਹੈ ਜਿਹੜੀ ਐਗਜ਼ਾਮ ਪੁੱਛੀ ਜਾਂਦੀ ਹੈ, ਇਹਨੇ ਡੀਏਵੀ ਕਾਲਜ ਲਾਹੌਰ ਤੋਂ ਪ੍ਰੇਰਿਤ ਹੋ ਕੇ ਨਾ ਸੰਨ 1892, ਮੋਸਟ ਮੋਸਟ ਇੰਪੋਰਟੈਂਟ ਪੁਆਇੰਟ ਹੈ, ਸੰਨ 1892 ਵਿੱਚ ਕਹਿੰਦਾ ਇੱਕ ਖਾਲਸਾ ਕਾਲਜ ਅੰਮ੍ਰਿਤਸਰ ਦੀ ਕੀ ਕਰਦਾ? ਸਥਾਪਨਾ ਕਰਦਾ ਹੈ। ਤਾਂ ਕੁਐਸਚਨ ਆਉਂਦਾ ਹੁੰਦਾ ਪੇਪਰ ਦੇ ਵਿੱਚ ਵੀ, ਖਾਲਸਾ ਕਾਲਜ ਦੀ ਸਥਾਪਨਾ ਕਦੋਂ ਹੋਈ ਜਾਂ ਐਸਟੈਬਲਿਸ਼ਮੈਂਟ ਕਦੋਂ ਹੋਈ ਹੈ? ਤਾਂ 1892 ਵਿੱਚ ਹੋਈ ਹੈ। ਕਿਹਨੇ ਕਰਾਈ ਹੈ? ਗਿਆਨੀ ਗੁਰਮੁਖ ਸਿੰਘ ਜੀ ਨੇ। ਤਾਂ ਕਲੀਅਰ ਹੈ ਜੀ, ਇਹ ਗੱਲ ਹੁਣ ਕਲੀਅਰ ਹੋ ਗਈ ਹੈ। ਅੱਜ ਤੋਂ ਪਹਿਲਾਂ ਤੁਸੀਂ ਪੜ੍ਹਦੇ ਆਏ ਹੋਵੋਗੇ, ਰੱਟੇ ਮਾਰਦੇ ਆਏ ਹੋਵੋਗੇ ਵੀ ਖਾਲਸਾ ਕਾਲਜ 1892 ਚ ਬਣਿਆ ਕਿ 1992 ਚ ਬਣਿਆ, ਤਾਂ ਹੁਣ ਤੁਹਾਨੂੰ ਕਦੇ ਨਹੀਂ ਭੁੱਲੂਗਾ ਵੀ ਕਦੋਂ ਬਣਿਆ, ਠੀਕ ਹੈ? ਤਾਂ ਕਹਿਣ ਦਾ ਮਤਲਬ ਹਜੇ ਦੋਨੇ ਲਹਿਰਾਂ ਕੀ ਹੈ? ਵੱਖਰੀਆਂ ਵੱਖਰੀਆਂ ਨੇ, ਬਟ ਜਿਹੜੀ ਆਹ ਲਾਹੌਰ ਵਾਲੀ ਲਹਿਰ ਹੈਗੀ, ਇਹ 'ਚ ਪੜ੍ਹਿਆ ਲਿਖਿਆ ਬੰਦਾ ਪ੍ਰੋਫੈਸਰ ਗੁਰਮੁਖ ਸਿੰਘ, ਉਹਨੇ ਵਿਦਿਅਕ ਖੇਤਰ ਦੇ ਵਿੱਚ ਬਹੁਤ ਜ਼ਿਆਦਾ ਕੰਮ ਕੀਤੇ ਹੈ। ਤਾਂ ਅੱਗੇ ਗੱਲ ਕਰਦੇ ਹਾਂ ਜੀ, ਅੱਗੇ ਜਾ ਕੇ ਕਹਿੰਦੇ ਜੀ ਦੋਨਾਂ ਦੇ ਵਿਚਕਾਰ ਝਗੜਾ ਵੱਧਦਾ ਜਾਂਦਾ ਹੈ, ਜਿਹੜਾ ਖਾਲਸਾ ਦੀਵਾਨ ਅੰਮ੍ਰਿਤਸਰ ਹੈ ਤੇ ਖਾਲਸਾ ਦੀਵਾਨ ਲਾਹੌਰ ਹੈ, ਝਗੜਾ ਇੰਨਾ ਵੱਧ ਜਾਂਦਾ। ਕਹਿੰਦਾ ਜੀ ਅਖੀਰ ਖਾਲਸਾ ਦੀਵਾਨ ਜਿਹੜੇ ਅੰਮ੍ਰਿਤਸਰ ਵਾਲੇ ਆ ਉਹ ਕੀ ਕਰਦੇ ਆ? ਗਿਆਨੀ ਜਿਹੜੇ ਪ੍ਰੋਫੈਸਰ ਗੁਰਮੁਖ ਸਿੰਘ ਜੀ ਆ ਉਹਨੂੰ ਕੀ ਹੈ? ਤਨਖਾਹੀਆ ਕਰਾਰ ਦੇ ਦਿੰਦੇ ਆ। ਤਨਖਾਹੀਆ ਦਾ ਮਤਲਬ ਹੁੰਦਾ ਕਿ ਜਿਹੜਾ ਅਕਾਲ ਤਖਤ ਸਾਹਿਬ ਹੈ ਅੰਮ੍ਰਿਤਸਰ ਦੇ ਵਿਖੇ, ਉੱਥੇ ਉਹਨੂੰ ਕੀ ਕਰ ਦਿੰਦੇ ਆ? ਤਨਖਾਹੀਆ
ਤਾਂ ਅੱਗੇ ਗੱਲ ਕਰਦੇ ਹਾਂ ਜੀ। ਕਹਿੰਦਾ ਬਟ ਇਹਨਾਂ ਦੀ ਜਿਹੜੀ ਜਦੋਂ ਦੋਵੇਂ ਖਤਮ ਹੋ ਰਹੇ ਹੁੰਦੇ ਆ ਤਾਂ ਉਸ ਟਾਈਮ ਤੇ ਇੱਕ ਬੰਦਾ ਆਉਂਦਾ ਰਾਜੇ ਜਿਹਦਾ ਨਾਮ ਇਤਿਹਾਸ 'ਚ ਬਹੁਤ ਆਉਂਦਾ, ਸੁੰਦਰ ਸਿੰਘ ਮਜੀਠੀਆ। ਇਹ ਵੀ ਐਗਜ਼ਾਮ 'ਚ ਪੁੱਛਿਆ ਜਾਂਦਾ। ਤਾਂ ਉਹਨੇ ਕਹਿੰਦਾ ਜੀ ਮੌਕੇ ਦੀ ਨਜਾਕਤ ਨੂੰ ਸੰਭਾਲਦੇ ਹੋਏ ਨਵੰਬਰ 1901, ਡੇਟ ਯਾਦ ਰੱਖਣੀ ਆ, ਨਵੰਬਰ 1901 ਈਸਵੀ ਨੂੰ ਸੁੰਦਰ ਸਿੰਘ ਮਜੀਠੀਆ ਨੇ ਕੀ ਕੀਤਾ, ਦੋਵਾਂ ਦੀਵਾਨਾਂ ਦੀ ਇੱਕ ਸਾਂਝੀ ਇਕੱਤਰਤਾ ਕੀਤੀ। ਤਾਂ ਜਦੋਂ ਡੈਥ ਹੀ ਹੋ ਗਈ, ਜਿਹੜੇ ਬੰਦੇ ਨੇ ਲੜਾਈ ਸੀ ਉਹਨਾਂ ਦੀ ਡੈਥ ਹੋ ਗਈ, ਤਾਂ ਬਾਕੀ ਜਿਹੜੀ ਨਾਲ ਮੈਂਬਰ ਵਗੈਰਾ ਸੀ ਉਹਨਾਂ ਨੂੰ ਇਕੱਠਾ ਕਰਕੇ ਸੁੰਦਰ ਸਿੰਘ ਮਜੀਠੀਆ ਨੇ ਇੱਕ ਮੀਟਿੰਗ ਕੀਤੀ ਆ ਨਵੰਬਰ 1901 ਦੇ ਵਿੱਚ। ਤੇ ਮੀਟਿੰਗ ਕਰਕੇ ਇਹਨੇ ਕੀ ਕੀਤਾ ਜੀ, ਇਹਨੇ ਕੀਤਾ 30 ਅਕਤੂਬਰ, ਮੋਸਟ ਮੋਸਟ ਇੰਪੋਰਟੈਂਟ ਪੁਆਇੰਟ, 30 ਅਕਤੂਬਰ 1901 ਨੂੰ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਕੀਤੀ। ਕਹਿੰਦਾ ਯਾਰ ਤੁਸੀਂ ਲੜਾਈਆਂ ਨੂੰ ਛੱਡੋ, ਲੜਾਈਆਂ ਬਹੁਤ ਹੋ ਗਈਆਂ, ਹੁਣ ਆਪਾਂ ਇਕੱਠੇ ਹੋ ਕੇ ਕੰਮ ਕਰਨਾ ਹੈ। ਤੇ ਇਕੱਠੇ ਹੋ ਕੇ ਕੰਮ ਕਰਨਾ ਤਾਂ ਆਪਾਂ ਕੀ ਕਰਦੇ ਹਾਂ, ਇੱਕ ਨਵੀਂ ਸੰਸਥਾ ਬਣਾਉਣੀ ਹੈ, ਉਹਦਾ ਨਾਮ ਰੱਖ ਦਿੰਦੇ ਹਾਂ ਚੀਫ ਖਾਲਸਾ ਦੀਵਾਨ, ਮਤਲਬ ਸਭ ਤੋਂ ਉੱਪਰ ਹੋ ਗਈ। ਹੁਣ ਤੁਸੀਂ ਲਾਹੌਰ ਵਾਲਾ ਵੀ ਛੱਡ ਦਿਓ, ਅੰਮ੍ਰਿਤਸਰ ਵਾਲਾ ਵੀ ਮਸਲਾ ਛੱਡ ਦਿਓ, ਆਪਾਂ ਇਕੱਠੇ ਗੱਲ ਕਰਦੇ ਹਾਂ। ਤਾਂ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਕਰਦਾ ਹੈ। ਤਾਂ ਕਹਿੰਦਾ ਬੇਸਿਕਲੀ ਜਿਹੜੀ ਚੀਫ ਖਾਲਸਾ ਦੀਵਾਨ ਹੁੰਦੀ ਆ, ਜੇ ਮੈਂ ਇਹ 'ਚ ਗੱਲ ਕਰਾਂ, ਇਹ 'ਚ ਜ਼ਿਆਦਾ ਬੰਦੇ ਕਿਹੜੇ ਹੁੰਦੇ ਆ, ਅੰਮ੍ਰਿਤਸਰ ਵਾਲੀ ਹੁੰਦੇ ਆ। ਕਹਿਣ ਦਾ ਮਤਲਬ ਇੱਕ ਤਰ੍ਹਾਂ ਦੀ ਇਹ ਮੇਨ ਕਹਿ ਲਓ ਵੀ ਨਿਵੇਕਲਾ ਰੂਪ ਕਿਹਦਾ ਹੈਗੀ ਹੈ, ਜਿਹੜੀ ਸਿੰਘ ਸਭਾ ਜਿਹੜੀ ਅੰਮ੍ਰਿਤਸਰ ਵਾਲੀ, ਉਹਦਾ ਨਿਵੇਕਲਾ ਰੂਪ ਹੈ। ਠੀਕ ਹੈ ਜੀ, ਮਤਲਬ ਕਿ ਮੇਨ ਇਹ 'ਚ ਉਹਦੇ ਸਿਧਾਂਤ ਜ਼ਿਆਦਾ ਹੁੰਦੇ ਆ ਅੰਮ੍ਰਿਤਸਰ ਵਾਲੇ ਦੇ। ਤਾਂ ਅੱਗੇ ਗੱਲ ਕਰਦੇ ਆ ਜੀ, ਕਹਿੰਦਾ ਯਾਦ ਰੱਖਣ ਯੋਗ ਗੱਲਾਂ ਜਿਹੜੀਆਂ ਤੁਸੀਂ ਐਗਜ਼ਾਮ ਵਾਸਤੇ ਮੈਂ ਤੁਹਾਨੂੰ ਦੱਸ ਦਿੰਦਾ, ਪਰ ਇਹਦੇ ਵਿੱਚ ਫਾਇਦਾ ਪਤਾ ਕੀ ਹੁੰਦਾ, ਸਭ ਤੋਂ ਵੱਡਾ ਫਾਇਦਾ ਇਹ ਹੁੰਦਾ, ਜਿਹੜਾ ਚੀਫ ਖਾਲਸਾ ਦੀਵਾਨ ਜਦੋਂ ਬਣਦਾ ਨਾ, ਇਹਨਾਂ ਦੀ ਪ੍ਰਾਪਤੀਆਂ ਬਹੁਤ ਹੁੰਦੀਆਂ। ਪ੍ਰਾਪਤੀਆਂ, ਪਹਿਲੀ ਪ੍ਰਾਪਤੀਆਂ ਕੀ ਆ, ਮਤਲਬ ਪ੍ਰਾਪਤੀਆਂ ਮੈਂ ਅੱਗੇ ਜਾ ਕੇ ਗਿਣਾਉਂਗਾ, ਪਹਿਲਾਂ ਮੈਂ ਇਹਦੀ ਮੀਟਿੰਗ ਦੱਸਦਾ ਵੀ ਕਿੱਥੇ ਕਿੱਥੇ ਮੀਟਿੰਗ ਹੋਈ, ਕਿਵੇਂ ਕਿਵੇਂ ਗੱਲਬਾਤ ਹੋਈ। ਤਾਂ ਪਹਿਲੀ ਮੀਟਿੰਗ ਹੁੰਦੀ ਰਾਜੇ, ਯਾਦ ਰੱਖਣੀ ਹੈ, ਚੀਫ ਖਾਲਸਾ ਦੀਵਾਨ ਦੀ ਜਿਹੜੀ ਪਹਿਲੀ ਮੀਟਿੰਗ ਹੁੰਦੀ ਰਾਜੇ, ਉਹ ਮਲਵਈ ਬੂੰਗਾ, ਜਿਹੜਾ ਅੰਮ੍ਰਿਤਸਰ ਵਿਖੇ, ਠੀਕ ਹੈ ਜੀ, ਆਪਣਾ ਗੋਲਡਨ ਟੈਂਪਲ ਹੈ, ਉਹਦੇ ਨਾਲ ਹੀ ਇੱਕ ਬੂੰਗਾ ਹੈ ਮਲਵਈ ਬੂੰਗਾ, ਠੀਕ ਹੈ, ਅੰਮ੍ਰਿਤਸਰ ਵਿਖੇ 30 ਅਕਤੂਬਰ 1902 ਨੂੰ ਹੁੰਦੀ ਹੈ। ਤਾਂ ਕਈ ਵਾਰੀ ਇਹ ਪੁੱਛ ਲੈਂਦੇ ਕਿ ਇਹਨਾਂ ਦੀ ਪਹਿਲੀ ਮੀਟਿੰਗ ਕਦੋਂ ਹੋਈ ਹੈ ਰਾਜੇ, ਅੰਮ੍ਰਿਤਸਰ ਵਿਖੇ ਹੋਈ ਹੈ, ਕਿੱਥੇ ਹੋਈ ਹੈ, ਮਲਵਈ ਬੂੰਗੇ ਦੇ ਵਿੱਚ 30 ਅਕਤੂਬਰ 1902 ਨੂੰ, ਠੀਕ ਹੈ। ਇਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤਾਂ ਪਹਿਲਾ ਪ੍ਰਧਾਨ ਕੌਣ ਬਣਦਾ ਰਾਜੇ, ਇਹਦਾ ਪ੍ਰਧਾਨ ਬਣਦਾ ਅਰਜਨ ਸਿੰਘ ਬਾਗੜੀਆ, ਠੀਕ ਹੈ, ਯਾਦ ਰੱਖਿਓ, ਮੋਸਟ ਇੰਪੋਰਟੈਂਟ ਪੁਆਇੰਟ ਹੈ। ਤੇ ਇਹਦਾ ਸਕੱਤਰ ਕੌਣ ਬਣਦਾ ਜੀ, ਸਰਦਾਰ ਸੁਰਿੰਦਰ ਸਿੰਘ ਮਜੀਠੀਆ। ਤਾਂ ਬਸ ਇਹੀ ਚੀਜ਼ਾਂ ਯਾਦ ਰੱਖਣ ਵਾਲੀਆਂ ਨੇ ਜਿਹੜੀਆਂ ਮੈਂ ਰੈਡ ਦੇ ਵਿੱਚ ਕੀਤੀਆਂ ਹੋਈਆਂ। ਤਾਂ ਇੱਕ ਹੋਰ ਇੰਪੋਰਟੈਂਟ ਚੀਜ਼ ਹੈਗੀ ਰਾਜੇ, ਜੇ ਕਿਸੇ ਨੇ ਬੰਦੇ ਨੇ ਇਹਨਾਂ ਦਾ ਮੈਂਬਰ ਬਣਨਾ ਤਾਂ ਉਹਨਾਂ ਅੰਮ੍ਰਿਤਧਾਰੀ ਹੋਣਾ ਬਹੁਤ ਜ਼ਰੂਰੀ ਹੈ। ਤਾਂ ਇਹਨਾਂ ਦੀ ਇੱਕ ਬਹੁਤ ਸਖਤ ਮਤਲਬ ਕਿ ਹਦਾਇਤ ਸੀਗੀ ਜਾਂ ਸਖਤ ਸ਼ਰਤ ਸੀਗੀ ਵੀ ਜਿਹੜੇ ਬੰਦੇ ਨੇ ਚੀਫ ਖਾਲਸਾ ਦੀਵਾਨ ਦਾ ਮੈਂਬਰ ਬਣਨਾ ਉਹਦਾ ਅੰਮ੍ਰਿਤਧਾਰੀ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਇਹਨਾਂ ਦਾ ਮੇਨ ਮਕਸਦ ਇਹ ਸੀਗਾ ਕਿ ਧਰਮ ਦੇ ਵਿੱਚ ਕੀ ਲੈ ਕੇ ਆਉਣੀ ਹੈ, ਪਵਿੱਤਰਤਾ ਲੈ ਕੇ ਆਉਣੀ। ਜੇ ਬੰਦਾ ਮੰਨ ਲਓ ਇਹਦਾ ਮੈਂਬਰ ਹੀ ਨਹੀਂ ਅੰਮ੍ਰਿਤਧਾਰੀ ਹੈਗਾ, ਤੇ ਦੂਜਿਆਂ ਨੂੰ ਕੀ ਸਲਾਹ ਦੇਣਗੇ ਜਾਂ ਦੂਜਿਆਂ ਨੂੰ ਕੀ ਦੇਣਗੇ। ਜਦੋਂ ਆਪਾਂ ਕਿਸੇ ਨੂੰ ਕੋਈ ਸਲਾਹ ਦੇਣੀ ਹੁੰਦੀ ਹੈ, ਪਹਿਲਾਂ ਉਹ ਸਲਾਹ ਨੂੰ ਆਪਣੇ ਆਪ ਤੇ ਐਪਲੀਕੇਬਲ ਕਰਨਾ ਪੈਂਦਾ, ਤਾਂ ਹੀ ਆਪਾਂ ਸਲਾਹ ਦੇਵਾਂਗੇ। ਠੀਕ ਹੈ, ਤਾਂ ਚਲੋ ਜੀ ਆਪਾਂ ਨੈਕਸਟ ਮੂਵ ਕਰਦੇ ਹਾਂ। ਇਸ ਤੋਂ ਬਾਅਦ ਹੁੰਦਾ ਕੀ ਰਾਜੇ, ਚੀਫ ਖਾਲਸਾ ਦੀਵਾਨ ਦੇ ਜਿਹੜੀਆਂ ਮੁੱਖ ਪ੍ਰਾਪਤੀਆਂ, ਇਹ ਵੀ ਬਹੁਤ ਇੰਪੋਰਟੈਂਟ ਨੇ ਤੁਹਾਡੇ ਐਗਜ਼ਾਮ ਵਾਸਤੇ। ਸਭ ਤੋਂ ਪਹਿਲੀ ਪ੍ਰਾਪਤੀ ਕੀ ਹੈ ਰਾਜੇ, ਆਨੰਦ ਮੈਰਿਜ ਐਕਟ 1909 ਨੂੰ ਪਾਸ ਕਰਾਉਂਦੇ ਆ। ਕੌਣ ਕਰਾਉਂਦਾ, ਚੀਫ ਖਾਲਸਾ ਦੀਵਾਨ ਹੀ ਕਰਾਉਂਦਾ। ਤਾਂ ਯਾਦ ਰੱਖ ਲਿਓ। ਸੈਕਿੰਡ ਕੰਮ ਕੀ ਕਰਦੇ ਰਾਜੇ, ਇੱਕ ਐਜੂਕੇਸ਼ਨ ਸੋਸਾਇਟੀ, ਇਹ ਸਿੱਖ ਐਜੂਕੇਸ਼ਨ ਸੋਸਾਇਟੀ ਲੈ ਕੇ ਆਉਂਦੀ 1908 ਦੇ ਵਿੱਚ, ਇਹ ਵੀ ਇਸ ਲਹਿਰ ਦੀ ਪ੍ਰਾਪਤੀ ਹੈ। ਇਸ ਤੋਂ ਬਾਅਦ ਅਗਰ ਮੈਂ ਗੱਲ ਕਰਾਂ ਕੋਮਨ ਕੋਡ ਆਫ ਕੰਡਕਟ ਸਿੱਖਾਂ ਵਾਸਤੇ, 1916 ਦੇ ਵਿੱਚ ਲੈ ਕੇ ਆਉਂਦੀ ਆ, ਇਹੀ ਲਹਿਰ ਲੈ ਕੇ ਆਉਂਦੀ ਹੈ। ਤੇ ਇਸ ਤੋਂ ਸਭ ਤੋਂ ਵੱਡੀ ਜਿਹੜੀ ਇੰਪੋਰਟੈਂਟ ਚੀਜ਼ ਹੈ, ਅੰਜੁਮਨ ਪੰਜਾਬ ਸੋਸਾਇਟੀ। ਬਹੁਤ ਵਾਰੀ ਪੇਪਰ 'ਚ ਆਉਂਦਾ ਰਾਜੇ, ਅੰਜੁਮਨ ਪੰਜਾਬ ਸੋਸਾਇਟੀ 1865 ਦੇ ਵਿੱਚ ਜਿਹੜੀ ਬਣਾਈ ਜਾਂਦੀ ਹੈ, ਇਹ ਵੀ ਸਿੰਘ ਸਭਾ ਲਹਿਰ ਜਿਹੜੀ ਆਪਣੀ ਚੀਫ ਖਾਲਸਾ ਦੀਵਾਨ ਹੈ ਇਹੀ ਲੈ ਕੇ ਆਉਂਦੀ ਹੈ। ਇਹਦੇ ਵਿੱਚ ਕੀ ਕਰਦੇ ਨੇ, ਜਿਹੜੀਆਂ ਬਹੁਤ ਸਾਰੀਆਂ ਅੰਗਰੇਜ਼ੀ ਭਾਸ਼ਾ ਦੇ ਵਿੱਚ ਕਿਤਾਬਾਂ ਹੁੰਦੀਆਂ ਉਹਨੂੰ ਪੰਜਾਬੀ 'ਚ ਟ੍ਰਾਂਸਲੇਟ ਕੀਤਾ ਜਾਂਦਾ ਹੈ। ਤਾਂ ਕਹਿਣ ਦਾ ਮਤਲਬ ਇਹਨਾਂ ਦੀ ਪ੍ਰਾਪਤੀਆਂ ਨੇ, ਯਾਦ ਰੱਖ ਲਿਓ ਤੁਸੀਂ ਸਿੰਘ ਸਭਾ ਲਹਿਰ ਦੀਆਂ। ਤਾਂ ਇਹ ਸੀਗਾ ਜੀ ਤੁਹਾਡਾ ਸਭ ਕੁਝ। ਤਾਂ 10 ਸਾਲ ਤੱਕ ਇਹਨਾਂ ਦੀ ਪੂਰੀ ਚੜ੍ਹਤ ਰਹਿੰਦੀ ਰਾਜੇ ਖਾਲਸਾ ਦੀਵਾਨ ਦੀ, ਬਟ ਇਹਦੇ ਵਿੱਚ ਵੀ ਬਾਅਦ ਦੇ ਵਿੱਚ ਕੀ ਹੁੰਦਾ, ਕੁਝ ਬੰਦੇ ਗਦਾਰ ਹੁੰਦੇ ਆ, ਕੁਝ ਜਿਹੜੇ ਅੰਗਰੇਜ਼ਾਂ ਦੇ ਬੰਦੇ ਹੁੰਦੇ ਇਹਦੇ ਵਿੱਚ ਐਂਟਰ ਕਰ ਜਾਂਦੇ ਜਾਂ ਅੰਗਰੇਜ਼ਾਂ ਦੇ ਹੱਥ ਮਿਲਾ ਲੈਂਦੇ ਆ, ਜਿਹਦੇ ਕਰਕੇ ਕੀ ਹੁੰਦਾ ਰਾਜੇ, ਕਹਿੰਦਾ ਹੌਲੀ ਹੌਲੀ ਕੀ ਇਹਦੀ ਖਤਮ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਤੋਂ ਬਾਅਦ ਆਪਾਂ ਪੜਾਂਗੇ ਗਦਰ ਲਹਿਰ ਪੜਾਂਗੇ। ਇਸ ਤੋਂ ਬਾਅਦ ਆਪਾਂ ਕਾਮਾ ਗਾਟੋ ਮਾਰੂ ਜਿਹੜਾ ਇੰਸੀਡੈਂਟ ਹੁੰਦਾ ਉਹ ਪੜਨਾ ਆਪਾਂ। ਉਸ ਤੋਂ ਬਾਅਦ 1919 ਦੇ ਵਿੱਚ ਕੀ ਹੁੰਦਾ ਤੁਹਾਨੂੰ ਪਤਾ ਹੀ ਹੈ, ਜਲਿਆਂਵਾਲਾ ਬਾਗ ਦਾ ਕਾਂਡ ਹੁੰਦਾ। ਤਾਂ ਕਾਫੀ ਚੀਜ਼ਾਂ ਹੁੰਦੀਆਂ ਨੇ ਜਿਹੜੇ ਜਿਹਦੇ ਕਰਕੇ ਇਹ ਹੌਲੀ ਹੌਲੀ ਕੀ ਹੋ ਜਾਂਦਾ, ਖਤਮ ਹੋ ਜਾਂਦਾ। ਤਾਂ ਕਹਿੰਦਾ ਜੀ ਪਰ 1914 ਈਸਵੀ ਵਿੱਚ ਕਹਿੰਦਾ ਇਸ ਅਦਾਰੇ ਦਾ ਸਿੱਖਾਂ ਉੱਪਰ ਪ੍ਰਭਾਵ ਖਤਮ ਹੋਣ ਲੱਗ ਗਿਆ, ਜਿਸ ਦਾ ਕਾਰਨ ਇਹਨਾਂ ਸੰਸਥਾਵਾਂ ਦਾ ਸਰਕਾਰ ਦਾ ਹਮਾਇਤੀ ਹੋਣਾ ਸੀਗਾ। ਤਾਂ ਸਰਕਾਰ ਦੇ ਕੁਝ ਬੰਦੇ ਹਮਾਇਤੀ ਹੋ ਗਏ ਜਿਨ੍ਹਾਂ ਕਰਕੇ ਖਤਮ ਹੋ ਗਈਆਂ ਰਾਜੇ। ਇਸ ਤੋਂ ਬਾਅਦ 13 ਅਪ੍ਰੈਲ 1919 ਨੂੰ ਕੀ ਹੋ ਜਾਂਦਾ, ਜਲਿਆਂਵਾਲਾ ਬਾਗ ਦਾ ਕਾਂਡ ਹੁੰਦਾ, ਜਿਹਦੇ ਕਰਕੇ ਕਾਫੀ ਮਤਲਬ ਕਿ ਚੀਜ਼ਾਂ ਚੇਂਜ ਹੋ ਜਾਂਦੀਆਂ, ਕਾਫੀ ਮਾਹੌਲ ਚੇਂਜ ਹੋ ਜਾਂਦਾ। ਤੇ ਹੌਲੀ ਹੌਲੀ ਕੀ ਆ ਜੀ, ਇਹ ਜਿਹੜਾ ਚੀਫ ਖਾਲਸਾ ਦੀਵਾਨ ਆ ਜਿਹੜਾ ਇਹ ਕੀ ਆ ਅਰਥਹੀਣ ਹੋ ਜਾਂਦੇ, ਮਤਲਬ ਕਿ ਇਹਦਾ ਕੋਈ ਅਰਥ ਨਹੀਂ ਰਹਿੰਦਾ, ਅਲੋਪ ਹੋ ਜਾਂਦੇ ਆ। ਤਾਂ ਇਹ ਸੀਗਾ ਜੀ ਤੁਹਾਡਾ ਸਿੰਘ ਸਭਾ ਲਹਿਰ। ਤਾਂ ਆਈ ਹੋਪ ਤੁਹਾਨੂੰ ਸਭ ਕੁਝ ਕਲੀਅਰ ਹੋ ਗਿਆ ਹੋਊਗਾ ਜੀ। ਕਹਿੰਦੇ ਇਸ ਤੋਂ ਇਲਾਵਾ ਜੇ ਆਪਾਂ ਅੱਗੇ ਜਾ ਕੇ ਪੜਾਂਗੇ ਰਾਜੇ,
ਕੀਤੀ ਜਾ ਰਹੀ ਹੈ ਪਲੀਜ਼ ਅਕਸੈਪਟ ਕਰਿਓ। ਬਾਕੀ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਜਲਦੀ ਜਲਦੀ ਮੈਂ ਵੀਡੀਓ ਲੈ ਕੇ ਆਵਾਂ। ਬਾਕੀ ਤੁਸੀਂ ਤੁਹਾਡਾ ਫਰਜ਼ ਕੀ ਹੈ ਰਾਜੇ, ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ। ਜਿਹੜੇ ਬੱਚੇ ਨਵੇਂ ਨੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਨੂੰ ਜ਼ਰੂਰ ਨੱਪ ਲਿਆ ਕਰੋ। ਤੁਹਾਨੂੰ ਮਿਲਦੀਆਂ ਰਹਿੰਦੀਆਂ ਨਵੀਆਂ ਨਵੀਆਂ ਵੀਡੀਓ ਤੁਹਾਡੇ ਹੈਲਪ ਵਾਸਤੇ। ਤਾਂ ਸ਼ੁਕਰੀਆ ਜੀ, ਧੰਨਵਾਦ ਸਰਬੱਤ ਦਾ, ਭਲਾ ਬਾਬਾ ਮਿਹਰ ਕਰੇ।